ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਮੀ। ਅਤੇ ਬੜੀ ਜ਼ਬਰਦਸਤ ਗਰਮੀ ਹੋ ਰਹੀ ਹੈ ਬਾਹਰ। ਆਈ ਹੋਪ ਕਿ ਜਿੱਥੇ ਵੀ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਹੈ ਸਾਰੇ ਬੜੇ ਸੇਫ ਹੋ ਐਂਡ ਪਲੀਜ਼ ਸਟੇ ਇਨਡੋਰਸ। ਬਹੁਤ ਹੀਟ ਵੇਵ ਜੀ ਚੱਲ ਰਹੀ ਹੈ ਅੱਜ, ਸੋ ਬੈਸਟ ਟਾਈਮ ਹੈ ਜਦੋਂ ਅੰਦਰ ਰਹਿਣਾ ਪਏ ਤਾਂ ਕੀ ਕਰੋ, ਯੂ ਨੋ, ਚਾਹ ਕੌਫੀ ਲਵੋ, ਬੈਠੋ ਗੱਲਬਾਤ 'ਤੇ ਸਾਰੇ ਪਰਿਵਾਰ ਦੇ ਨਾਲ ਅਤੇ ਗੱਲ ਸੁਣੋ ਅਤੇ ਆਪਣੀ ਰਾਏ ਦਿਓ। ਇੰਟਰਸਟਿੰਗਲੀ ਬੜੀ ਯੰਗ ਕੁੜੀ ਨੇ ਸਾਨੂੰ ਅਪਰੋਚ ਕੀਤਾ, ਕਹਿੰਦੀ ਹੈ ਕਿ ਮੇਰੇ ਪੇਰੈਂਟਸ ਤੁਹਾਨੂੰ ਦੇਖਦੇ ਨੇ ਔਰ ਮੈਂ ਆਪਣਾ, ਯੂ ਨੋ, ਜਿਹੜੀ ਗੱਲ ਸਾਡੇ ਨਾਲ ਸਭ ਨਾਲ ਸ਼ੇਅਰ ਕਰੀ, ਕਹਿੰਦੀ ਮੈਂ ਘਰ ਸ਼ੇਅਰ ਕੀਤੀ। ਸਾਰੇ ਕਹਿੰਦੇ ਦਿਸ ਇਜ਼ ਨੋਟ ਗੁੱਡ, ਇਹ ਤਾਂ ਬੜੀ ਵੀਅਰਡ ਗੱਲ ਹੈ ਅਤੇ ਤੁਸੀਂ ਨਾ ਗੱਲਬਾਤ ਦੇ ਸਾਰੇ ਪਰਿਵਾਰ ਨਾਲ ਸ਼ੇਅਰ ਕਰੋ। ਸੋ ਉਹਨੇ ਕਾਲ 'ਤੇ ਗੱਲ ਵੀ ਕੀਤੀ ਐਂਡ ਕੀ ਸ਼ੇਅਰ ਕਰ ਰਹੀ ਹੈ ਕਿ ਬੋਰਨ ਬਰੋਟ ਅਪ ਇੱਥੇ ਦੀ ਹੈ, ਪੇਰੈਂਟਸ ਬਹੁਤ ਦੇਰ ਦੇ ਆਏ ਹੋਏ ਹੈ, ਜਵਾਨ ਕੁੜੀ ਹੈ, ਗ੍ਰੈਜੂਏਸ਼ਨ ਤੋਂ ਬਾਅਦ ਜੋਬ ਕਰ ਰਹੀ ਹੈ, ਅੱਛੀ ਪ੍ਰੋਫੈਸ਼ਨਲ ਹੈ, ਨਾਲ ਨਾਲ ਪੜ੍ਹ ਵੀ ਰਹੀ ਹੈ, ਅੱਗੇ ਆਪਣੀ ਪੜ੍ਹਾਈ, ਯੂ ਨੋ, ਐਜੂਕੇਸ਼ਨ ਵਧਾਉਣ ਵਾਸਤੇ ਵੀ ਉਹ ਵੀ ਕਰ ਰਹੀ ਹੈ। ਬਟ ਇੱਕ ਅੱਛੀ ਪਿੱਛੇ ਜੋਬ ਲੱਗੀ ਹੈ, ਈਅਰ ਐਂਡ ਅ ਹਾਫ ਹੋ ਗਿਆ, ਡੇਢ ਸਾਲ ਹੋ ਗਿਆ ਉਹਨੂੰ। ਸੋ ਕਹਿੰਦੀ ਕਿ ਇੱਕ ਸੇਮ ਕੰਪਨੀ ਨਹੀਂ ਹੈ ਪਰ ਬਿਲਡਿੰਗ ਸਿਮਿਲਰ ਨੇੜੇ ਨੇੜੇ ਹੈ, ਸਾਡੀ ਕਾਮਨ ਕੈਂਟੀਨ ਹੈ, ਉੱਥੇ ਇੱਕ ਮੁੰਡਾ ਮਿਲਿਆ। ਮੈਂ ਕਿਹਾ ਇੰਡੀਅਨ ਵੈਸੇ ਹੀ ਘੱਟ ਹੁੰਦੇ ਹੈ, ਚਲੋ ਹੈਲੋ ਹਾਏ ਹੋ ਗਈ, ਔਰ ਅਸੀਂ ਕੁਛ ਇੰਡੀਅਨ ਕੁੜੀਆਂ ਮੁੰਡੇ ਹੈਗੇ ਹੈ, ਇਹ ਨਵਾਂ ਆਇਆ ਸੀ। ਸੋ ਅਸੀਂ ਕਿਹਾ, ਯੂ ਨੋ, ਅਸੀਂ ਇੱਕ ਤਰ੍ਹਾਂ ਨਾਲ ਵੈਲਕਮ ਕੀਤਾ ਆਪਣੇ ਸਾਰੇ ਗਰੁੱਪ ਨੂੰ। ਇੱਕ ਹੋਰ ਕੁੜੀ ਮਿਲੀ, ਉਹਨੇ ਕਿਹਾ ਹਾਂ ਮੈਨੂੰ ਵੀ ਮਿਲਿਆ, ਦਿਖਿਆ ਸੀ, ਸੋ ਯੂ ਨੋ ਗੁੱਡ ਕਿ ਚਲੋ ਜਦੋਂ ਅਸੀਂ ਇਕੱਠੇ ਕਈ ਵਾਰੀ ਹੁੰਦੇ ਹਾਂ ਉਹਨੂੰ ਵੀ ਬੁਲਾ ਲਾਂਗੇ। ਸੋ ਕਹਿੰਦੇ ਇੱਕ ਹੋਰ ਕੁੜੀ ਨਾਲ ਗੱਲ ਹੋਈ ਜਿਹਦੇ ਨਾਲ ਉਹ ਕਾਫੀ ਉਹਦੀ ਪਹਿਲੇ ਹੀ ਜ਼ਿਆਦਾ ਜਾਣ ਪਛਾਣ ਹੈ। ਸੋ ਉਹ ਬੜੀ ਇੰਪ੍ਰੈਸ ਸੀਗੀ ਉਹਦੇ ਨਾਲ, ਕਹਿੰਦੀ ਬੜਾ ਡੀਸੈਂਟ ਮੁੰਡਾ ਹੈ, ਬੜੀ ਅੱਛੀ ਫੈਮਿਲੀ 'ਚੋਂ ਹੈ। ਸੋ ਮੈਂ ਮਿਲੀ, ਮੈਨੂੰ ਵੀ ਲੱਗਿਆ ਕਿ ਹਾਂ ਹੀ ਇਜ਼ ਅ ਨਾਈਸ ਗਾਏ। ਸੋ ਕਹਿੰਦੇ ਕਿ 6 ਮਹੀਨੇ ਹੋ ਗਏ ਮੈਨੂੰ ਮਿਲ ਰਿਹਾ ਔਰ ਜ਼ਿਆਦਾ ਆਪਣੀ ਬੜੀ ਦਿਲਚਸਪੀ ਦਿਖਾ ਰਿਹਾ ਸੀ ਮੈਨੂੰ, ਇੰਨਾ ਜ਼ਿਆਦਾ ਠੀਕ ਹੈ, ਮੈਨੂੰ ਲੱਗ ਰਿਹਾ ਸੀ ਕਿ ਅੱਜ ਕੱਲ੍ਹ ਅਸੀਂ ਕੋਈ ਮੁੰਡਾ ਤਾਂ ਲੱਭਣਾ ਹੀ ਹੈ, ਮੇਰੇ ਪੇਰੈਂਟਸ ਨੇ ਵੀ ਕਿਹਾ ਹੋਇਆ ਕੋਈ ਹੈ ਮੁੰਡਾ ਤਾਂ ਦੱਸ ਦੇ, ਪਰ ਇੰਨੀ ਕੋਈ ਅਟਰੈਕਸ਼ਨ ਨਹੀਂ ਸੀ। ਪਰ ਮੈਂ ਕਿਹਾ ਚੱਲ ਠੀਕ ਹੈ, ਲਾਈਕ ਯੂ ਨੋ, ਮੇ ਬੀ ਆਈ ਸ਼ੁੱਡ ਗਿਵ ਹਿਮ ਅ ਚਾਂਸ, ਮਿਲਣਾ ਚਾਹੀਦਾ। ਉਹਦੇ ਵੱਲੋਂ ਕਹਿੰਦੀ ਕਿ ਲੱਗ ਰਿਹਾ ਸੀ ਕਿ ਬਹੁਤ, ਉਹ ਮੈਨੂੰ ਪ੍ਰਾਈਵੇਟ ਮੈਸੇਜ ਵੀ ਭੇਜ ਰਿਹਾ ਕਿ ਚਲੋ ਕੌਫੀ ਪੀਂਦੇ ਹਾਂ, ਅਸੀਂ ਲੰਚ 'ਤੇ ਵੀ ਬਾਹਰ ਜਾ ਚੁੱਕੇ ਹਾਂ। ਐਂਡ ਉਧਰੋਂ ਕਹਿ ਰਹੀ ਹੈ ਕਿ ਹੁਣ ਪਿੱਛੇ ਹੀ ਪਿਛਲੇ ਮਹੀਨੇ ਮੇਰੀ ਜਿਹੜੀ ਪਹਿਲੇ ਜਾਣਦੀ ਸੀ ਉਹ ਵੀ ਉਸਦੇ ਆਫਿਸ ਦੀ ਹੈ, ਇਹਨਾਂ ਨੂੰ ਜਾਣਦੀ ਹੈ, ਇੰਡੀਅਨ ਕੁੜੀ, ਉਹਦੇ ਨਾਲ ਗੱਲ ਹੋਈ ਤਾਂ ਲੱਗਿਆ ਕਿ ਉਹ ਤਾਂ ਬੜੀ ਅਟਰੈਕਟਿਡ ਹੈ ਪਰ ਉਹ ਆਪਣਾ, ਯੂ ਨੋ, ਠੀਕ ਠੀਕ ਉਹਨੂੰ ਇੰਨਾ ਜ਼ਿਆਦਾ ਭਾਵ ਨਹੀਂ ਦੇ ਰਿਹਾ। ਸੋ ਕਹਿਣ ਦਾ ਭਾਵ ਹੈ ਕਿ ਇੱਕ ਬੈਚਲਰ ਮੁੰਡਾ ਵਾਂਗੂ ਜਿਵੇਂ ਕੋਈ ਨਵਾਂ ਇਸ ਗਰੁੱਪ ਦੇ ਵਿੱਚ ਆਇਆ ਹੁੰਦਾ, ਇਹਨਾਂ ਨੇ ਵੈਲਕਮ ਕੀਤਾ ਔਰ ਦੋ ਤਿੰਨ ਕੁੜੀਆਂ ਜਿਹੜੀਆਂ ਮੈਰੇਜਬਲ ਏਜ ਦੀਆਂ ਉਹ ਆਪਣਾ ਆਪਸ ਵਿੱਚ ਇਸ ਬੰਦੇ ਦੇ ਬਾਰੇ ਗੱਲ ਕਰਨ ਲੱਗ ਗਈਆਂ। ਸੋ ਉਹਨਾਂ ਨੂੰ ਏਜ, ਫੈਮਿਲੀ ਦੇ ਬਾਰੇ, ਕਿੰਨਾ ਪੜ੍ਹਿਆ, ਕਿੱਥੋਂ ਪੜ੍ਹਿਆ, ਇੱਥੇ ਦਾ ਹੀ ਬੋਰਨ ਬਰੋਟਅਪ ਹੈ, ਸਾਰਾ ਕੁਛ ਪਤਾ ਲੱਗ ਗਿਆ ਕਿਉਂਕਿ ਉਹ ਦੱਸ ਰਿਹਾ ਆਰਾਮ ਨਾਲ। ਬਟ ਜਿਹੜੀ, ਯੂ ਨੋ, ਗੱਲ ਉਹਨੂੰ ਇਸ ਵੇਲੇ ਸਤਾ ਰਹੀ ਹੈ ਉਹ ਹੈਗੀ ਹੈ ਕਿ ਰੀਸੈਂਟਲੀ ਉਹਨੂੰ ਕੀ ਪਤਾ ਲੱਗਿਆ ਕਿ ਇੱਕ ਨੇਬਰਿੰਗ ਸਿਟੀ ਵਿੱਚ ਗਏ ਨੇ, ਉੱਥੇ ਗੁਰਦੁਆਰੇ ਦੇ ਵਿੱਚ ਕਿਸੇ ਕੁੜੀ ਨਾਲ ਦੇਖਿਆ ਅਤੇ ਇਹ ਜਿਸ ਤਰ੍ਹਾਂ ਉਹ ਕਰ ਰਹੇ ਸੀ ਬੜਾ ਇੰਝ ਸੀਗਾ ਕਿ ਗਰਲਫ੍ਰੈਂਡ ਹੈ ਕੁਛ ਹੈ। ਸੋ ਇੱਕ ਹੋਰ ਕੋਮਨ ਜਿਹੜੀ ਕਿ ਕੁੜੀ ਜਾਣਦੀ ਸੀ ਉਹਦੇ ਨਾਲ ਕੋਈ ਗੱਲ ਹੋਈ ਕਿ, ਯੂ ਨੋ, ਇਹ ਮੁੰਡਾ ਮੇਰੇ ਕੁਲੀਗ ਹੈ ਇੱਕ ਤਰ੍ਹਾਂ ਨਾਲ, ਨੇੜੇ ਹੀ ਹੈ ਔਰ ਕਾਫੀ ਮੈਸੇਜਸ ਮੈਨੂੰ ਕਰਦਾ ਹੈ, ਵੀ ਗੋਨ ਆਊਟ ਆਲਸੋ, ਆਈ ਡੋਂਟ ਨੋ ਵੈਦਰ ਆਈ ਲਾਈਕ ਹਿਮ ਔਰ ਨੋਟ, ਬਟ ਹੀ ਇਜ਼ ਅ ਨਾਈਸ ਪਰਸਨ। ਉਹ ਕਹਿੰਦੇ ਉਹ ਜਿਹੜੀ ਮੇਰੀ ਸਹੇਲੀ ਸੀ ਉਹ ਤਾਂ ਇੱਕਦਮ ਆਪਣਾ ਮੂੰਹ ਪਕੜ ਕੇ ਬੈਠ ਗਈ ਐਂਡ ਸ਼ੀ ਵਾਜ਼ ਸੋ ਸਰਪ੍ਰਾਈਜ਼, ਸ਼ੀ ਸੇਜ਼ ਨੋ, ਡੋਂਟ ਬੀ ਫੂਲ, ਹੀ ਇਜ਼ ਮੈਰਿਡ। ਕਹਿੰਦੀ ਮੈਂ ਸ਼ਰਤਾਂ ਲਾਵਾਂ ਕਿ ਨਹੀਂ, ਹੋ ਹੀ ਨਹੀਂ ਸਕਦਾ, ਮੈਰਿਡ ਨਹੀਂ ਹੈ, ਮੇਰੇ ਨਾਲ ਆਪ ਉਹਦੀ ਗੱਲ ਹੋਈ ਹੈ, ਉਹ ਮੈਰਿਡ ਨਹੀਂ ਹੈ। ਬਟ ਦੈਨ ਦੇ ਕਨਫਰਮਡ ਕਿ ਹੀ ਇਜ਼ ਮੈਰਿਡ, ਉਹਦੀ ਵਾਈਫ ਆਉਂਦੀ ਜਾਂਦੀ ਰਹਿੰਦੀ ਹੈ, ਉਹ 3 ਸਾਲ ਤੋਂ ਕੋਈ, ਯੂ ਨੋ, ਯੂ ਐੱਸ ਵਿੱਚ ਨਹੀਂ ਰਹਿੰਦੀ, ਬਾਹਰ ਹੈ ਕਿਸੇ ਨਾਲ, 3 ਸਾਲ ਤੋਂ ਮੈਰਿਡ ਹੈ ਔਰ ਵਿੱਚ ਕਾਫੀ ਦੇਰ ਤੱਕ ਇੱਥੇ ਰਹੀ ਹੈ ਪਰ ਕੋਈ ਕੋਰਸ ਕਰ ਰਹੀ ਹੈ ਜਿਹਨੂੰ ਉਹ ਫਿਨਿਸ਼ ਕਰ ਰਹੀ ਹੈ। ਸੋ ਕਾਫੀ 3 ਸਾਲ 'ਚ ਕਾਫੀ ਹਿੱਸਾ ਉਹ ਇੱਥੇ ਰਹੀ ਹੈ ਬਟ ਇਨ ਬਿਟਵੀਨ ਆਪਣੇ ਦੇਸ਼ ਜਿੱਥੋਂ ਵੀ ਉਹ ਹੈਗੀ ਹੈ ਉੱਥੇ ਵੀ
ਗਈ ਹੋਈ ਹੈ। ਸੋ ਦੇ ਵਰ ਵੈਰੀ ਕਨਫਿਊਜ਼ਡ ਕਿ ਉਹ ਬਿਲਕੁਲ ਸਾਰਿਆਂ ਨੂੰ ਸਿੰਗਲ ਕਿਉਂ ਕਹਿ ਰਿਹਾ, ਕਿਉਂ ਕਹਿ ਰਿਹਾ ਕਿ ਉਹ ਸਿੰਗਲ ਹੈ ਐਂਡ ਯੂ ਨੋ ਹੀ ਇਜ਼ ਓਪਨ ਟੂ ਫਲਰਟੇਸ਼ਨ। ਹੀ ਨਹੀਂ, ਹੀ ਪ੍ਰਪੋਜ਼ਸ ਕਿ ਹਾਂ ਡੇਟ 'ਤੇ ਜਾਂਦੇ ਹਾਂ। ਕਿਸੇ ਨੂੰ ਇਹ ਨਹੀਂ ਪਤਾ ਲੱਗਣ ਦੇ ਰਿਹਾ ਕਿ ਉਹ ਵਿਆਹਿਆ ਹੋਇਆ। ਸੋ ਇਹ ਕੁੜੀਆਂ ਦੇ ਵਿੱਚ ਆਪਸ ਵਿੱਚ ਇਹ ਚੀਜ਼ ਕਾਫੀ ਗੱਲਬਾਤ ਸ਼ੁਰੂ ਹੋ ਗਈ ਅਤੇ ਕਹਿੰਦੇ ਕਿ ਮੈਨੂੰ ਕਾਫੀ ਹਰਟ ਇਹ ਹੋਇਆ ਕਿ ਉਹ ਮੈਨੂੰ ਇਨਾ ਵੇ ਬਿਲਕੁਲ ਦਿਖਾ ਰਿਹਾ ਹੈ ਕਿ ਉਹ ਬਹੁਤ ਇੰਟਰਸਟਿਡ ਹੈ ਮੇਰੇ 'ਚ। ਐਂਡ ਥੈਂਕਫੁਲੀ ਕਿ ਮੈਂ ਇੰਨੀ ਜ਼ਿਆਦਾ ਇੰਟਰਸਟਿਡ ਨਹੀਂ ਸੀ, ਪਰ ਡੈਫੀਨੇਟਲੀ ਮੈਂ ਡੇਟ 'ਤੇ ਵੀ ਗਈ ਹਾਂ, ਮੈਂ ਡਿਨਰ 'ਤੇ ਵੀ ਗਈ ਹਾਂ, ਕਾਫੀਜ਼ ਅਸੀਂ ਕਾਫੀ ਹੱਦ ਬੜੀ ਵਾਰੀ ਅਸੀਂ ਇਕੱਠੇ ਜਾਂਦੇ ਹਾਂ ਦੁਪਹਿਰੇ, ਜਦੋਂ ਯੂ ਨੋ ਐਵਰੀ ਡੇ ਸਾਡਾ ਟੈਕਸਟ ਹੁੰਦਾ ਹੀ ਹੁੰਦਾ ਕਿ ਅੱਛਾ ਤੂੰ ਬਾਹਰ ਜਾ ਰਿਹਾ, ਚੱਲ ਮੈਂ ਵੀ ਇਸ ਵੇਲੇ ਹੀ ਜਾਵਾਂਗੀ, ਯੂ ਨੋ ਬ੍ਰੇਕ 'ਤੇ। ਸੋ ਰੋਜ਼ ਇੱਕ ਤਰ੍ਹਾਂ ਨਾਲ ਮਿਲਣਾ ਹੋ ਰਿਹਾ, ਔਰ ਐਜ਼ ਅ ਡੇਟ ਆਲਸੋ ਕਿ ਜਸਟ ਟੂ ਨੋ ਹਿਮ ਬੈਟਰ ਮੈਂ ਕਰ ਲਈ। ਪਰ ਮੇਰੇ ਅੰਦਰੋਂ ਇੱਕ ਤਰ੍ਹਾਂ ਨਾਲ ਦਿਲ ਸ਼ੀ ਸੇਇੰਗ ਕਿ ਸ਼ੁਕਰ ਹੈ ਕਿ ਮੈਨੂੰ ਇੰਨਾ ਅਟਰੈਕਸ਼ਨ ਉਹਦੇ ਨਾਲ ਉਸ ਤਰ੍ਹਾਂ ਨਹੀਂ ਹੋਈ ਸੀ ਕਿ ਹਾਂ ਆਈ ਫੈਲ ਇਨ ਲਵ ਔਰ ਐਨੀਥਿੰਗ, ਕੁਛ ਐਸਾ ਨਹੀਂ ਸੀ। ਬਟ ਉਹਦੇ ਮੁੰਡੇ ਵੱਲੋਂ ਕਾਫੀ ਇਸ਼ਾਰੇ ਆਈ ਸੀ ਕਿ ਹੀ ਰੀਅਲੀ ਲਾਈਕਸ ਮੀ ਐਂਡ ਉਹ ਅੱਗੇ ਰਿਲੇਸ਼ਨਸ਼ਿਪ ਨੂੰ ਵਧਾਉਣਾ ਚਾਹੁੰਦਾ। ਹੁਣ ਇਹਨੂੰ ਬਹੁਤ ਗੁੱਸਾ ਆਇਆ ਹੋਇਆ ਹੈ ਥਿੰਕਿੰਗ ਕਿ ਇਹ ਮੁੰਡਾ ਮੈਰਿਡ ਹੋਣ ਦੇ ਬਾਵਜੂਦ ਹੀ ਵਾਸ ਕਾਈਂਡ ਆਫ ਪਲੇਇੰਗ ਵਿਦ ਦਿਸ ਗਰਲ ਐਜ਼ ਵੈਲ ਐਜ਼ ਹੋਰ ਵੀ ਕੁੜੀਆਂ ਜਿਨ੍ਹਾਂ ਨਾਲ ਹੀ ਇਜ਼ ਪਲੇਇੰਗ ਅਰਾਊਂਡ। ਕਿ ਬਈ ਜੇ ਨਹੀਂ ਵੀ ਅਟਰੈਕਸ਼ਨ ਦਿਖਾ ਰਿਹਾ, ਜ਼ਿਆਦਾ ਇਹ ਨਹੀਂ ਕਹਿੰਦਾ ਕਿ ਹਾਂ ਇਕੱਲੇ ਡੇਟ 'ਤੇ ਚੱਲਦੇ ਹਾਂ ਜਾਂ ਕਾਫੀ ਪੀਣ ਜਾਂਦੇ ਹਾਂ, ਬਟ ਐਟ ਲੀਸਟ ਹੀ ਇਜ਼ ਨੋਟ ਟੈਲਿੰਗ ਦੈਮ ਦ ਟਰੂਥ ਕਿ ਉਹ ਮੈਰਿਡ ਹੈ। ਸੋ ਸਾਰਿਆਂ ਨੂੰ ਇਹ ਕਹਿੰਦੇ ਮੈਂ ਆ ਕੇ ਘਰ ਸਾਰਿਆਂ ਨਾਲ ਯੂ ਨੋ ਸ਼ੇਅਰ ਕੀਤਾ ਐਂਡ ਐਵਰੀਬਡੀ ਵਾਸ ਲਾਈਕ ਦਿਸ ਇਜ਼ ਸੋ ਬੈਡ। ਉਹ ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਇੰਜ ਕਰ ਰਿਹਾ ਹੋਣਾ, ਔਰ ਵਿਚਾਰੀ ਜਿਹੜੀ ਕਹਿੰਦੇ ਕੁੜੀ ਜਿਹੜੀ ਅਸੀਂ ਦੇਖੀ ਉਹਦੇ ਨਾਲ ਬਹੁਤ ਸੋਹਣੀ ਹੈ, ਸ਼ੀ ਇਜ਼ ਵੈਰੀ ਪ੍ਰੀਟੀ। ਸੋ ਵੀ ਆਰ ਕਨਫਿਊਜ਼ ਕਿ ਕਰਨਾ ਕੀ ਚਾਹੀਦਾ। ਇਹ ਤਾਂ ਬੜੀਆਂ ਕੁੜੀਆਂ ਨਾਲ ਇੰਜ ਹੀ ਕਰ ਰਿਹਾ ਹੋਏਗਾ, ਸ਼ੁੱਡ ਵੀ ਕਨਫਰੰਟ ਹਿਮ, ਸਿੱਧਾ ਜਾ ਕੇ ਉਹਨੂੰ ਕਹਿ ਦਈਏ, ਜਾ ਕੇ ਵਾਈਫ ਨੂੰ ਕਹਿ ਦਈਏ, ਪੇਰੈਂਟਸ ਨੂੰ ਕਹਿ ਦਈਏ, ਜਾਂ ਜਸਟ ਇਗਨੋਰ ਕਰਕੇ ਉਹਨੂੰ ਮਤਲਬ ਦੱਸ ਦਈਏ ਕਿ ਯੂ ਨੋ ਹੀ ਇਜ਼ ਸਿਲੀ ਐਂਡ ਸਾਨੂੰ ਉਹਦੇ ਨਾਲ ਗੱਲ ਨਹੀਂ ਕਰਨੀ। ਕੀ ਕਰਨਾ ਚਾਹੀਦਾ ਹੈ? ਇਹ ਸਾਰੇ ਗੱਲਬਾਤ ਦੇ ਪਰਿਵਾਰ ਨੂੰ ਇਹ ਸਵਾਲ ਪੁੱਛ ਰਹੇ ਨੇ। ਸੋ ਜ਼ਰੂਰ ਜ਼ਰੂਰ ਕਾਲ ਕਰਕੇ ਦੱਸੋ। ਕਹਿੰਦੇ ਈਵਨ ਕਿ ਪਿੱਛੇ ਉਹਨੇ ਫੇਸਬੁੱਕ 'ਤੇ ਆਪਣਾ ਇੰਸਟਾਗ੍ਰਾਮ ਫੇਸਬੁੱਕ 'ਤੇ ਵੀ ਫੋਲੋ ਕਰਨਾ ਸ਼ੁਰੂ ਕੀਤਾ। ਇਸ ਜਨਰੇਸ਼ਨ ਦਾ ਕਹਿਣਾ ਹੈ ਕਿ ਫੇਸਬੁੱਕ ਦੇ ਉੱਤੇ ਅਸੀਂ ਥੋੜ੍ਹੀ ਦੇਰ ਬਾਅਦ ਕਿਸੇ ਨੂੰ ਜੁਆਇਨ ਕਰਾਉਂਦੇ ਹਾਂ, ਕਿਉਂਕਿ ਆਈ ਨੋ ਕਿ ਸਾਡੀ ਜਨਰੇਸ਼ਨ ਵਿੱਚ ਫੇਸਬੁੱਕ ਜ਼ਿਆਦਾ ਪਾਪੂਲਰ ਹੈ, ਬਟ ਇਹ ਯੰਗ ਜਨਰੇਸ਼ਨ ਦੇ ਵਿੱਚ ਇੰਸਟਾਗ੍ਰਾਮ ਵਗੈਰਾ ਜ਼ਿਆਦਾ ਪਾਪੂਲਰ ਹੈ। ਅਤੇ ਉਹ ਸਨੈਪਚੈਟ ਜਾਂ ਉਹਦੇ 'ਚ ਕਿੰਨਾ ਪਰਸਨਲ ਕਿਸੇ ਇੱਕ ਦੂਜੇ ਦਾ ਪਤਾ ਨਹੀਂ ਲੱਗਦਾ। ਤੁਸੀਂ ਫੋਲੋ ਕਰਦੇ ਹੋ, ਪਿਕਚਰਸ ਦੇਖੀਆਂ ਐਂਡ ਦੈਟਸ ਇਟ। ਉਹਨਾਂ ਦੀ ਪਾਸਟ ਹਿਸਟਰੀ ਜਾਂ ਰਿਲੇਸ਼ਨਸ਼ਿਪਸ ਦੇ ਬਾਰੇ ਕੁਛ ਨਹੀਂ ਪਤਾ ਲੱਗਦਾ। ਪਰ ਕਹਿੰਦੇ ਕਿ ਪਿੱਛੇ ਮਹੀਨਾ ਡੇਢ ਹੋ ਗਿਆ ਅਸੀਂ ਫੇਸਬੁੱਕ ਵੀ ਸ਼ੇਅਰ ਕੀਤੀ ਔਰ ਫੇਸਬੁੱਕ 'ਤੇ ਵੀ ਫੋਲੋ ਕਰ ਰਹੇ ਹਾਂ, ਬਟ ਫੇਸਬੁੱਕ ਜ਼ਿਆਦਾ ਯੂਜ਼ ਨਹੀਂ ਕਰਦੇ। ਪਰ ਉਹਦੇ ਵਿੱਚ ਉਹਦਾ ਸਟੈਟਸ ਜਿਹੜਾ ਹੈ ਉਹਨੇ ਛੋੜਿਆ ਹੋਇਆ, ਨਾ ਸਿੰਗਲ ਲਿਖਿਆ ਹੋਇਆ ਨਾ ਮੈਰਿਡ ਲਿਖਿਆ ਹੋਇਆ। ਬਟ ਹੁਣ ਜਿਵੇਂ ਕਿਉਂ ਕਹਿੰਦੇ ਹੁੰਦੀ ਤਾਂ ਸਟਾਕਿੰਗ ਹੈ, ਪਰ ਕੁੜੀਆਂ ਗਰਲਸ ਡੂ ਦਿਸ, ਯੰਗਸਟਰਸ ਡੂ ਦਿਸ, ਕਿ ਉਹਨੇ ਉਹਦੇ ਥਰੂ ਉਹਦੀ ਜਿਹੜੀ ਜੋ ਇਹਨਾਂ ਨੇ ਦੇਖੀ ਕਿ ਵਾਈਫ ਹੈ ਔਰ ਫਿਰ ਇੱਕ ਕੋਮਨ ਫਰੈਂਡ ਨਿਕਲ ਆਈ ਜਿਹਨੇ ਉਹਨਾਂ ਦਾ ਵਿਆਹ ਅਟੈਂਡ ਕੀਤਾ ਹੋਇਆ, ਰਿਸੈਪਸ਼ਨ ਇੱਥੇ ਕੀਤੀ ਅਤੇ ਕਹਿੰਦੇ ਵਿਆਹ ਦੂਜੇ ਦੇਸ਼ 'ਚ ਹੋਇਆ ਸੀ, ਇੱਥੇ ਰਿਸੈਪਸ਼ਨ ਅਟੈਂਡ ਕੀਤੀ ਹੋਈ ਹੈ, ਉਹਦੇ ਥਰੂ ਉਸ ਕੁੜੀ ਦੇ ਫੇਸਬੁੱਕ 'ਤੇ ਜਾਂਦੇ ਹੈ ਅਤੇ ਉਹਨੇ ਇਹ ਮੈਰਿਡ ਲਿਖਿਆ ਹੋਇਆ ਟੂ ਦਿਸ ਗਾਏ, ਔਰ ਇਹਨੇ ਆਪਣੇ ਆਪ ਨੂੰ ਉਸ ਕੁੜੀ ਦੇ ਨਾਲ ਕੋਈ ਫੇਸਬੁੱਕ 'ਤੇ ਉਹ ਨਹੀਂ ਪਾਈਆਂ ਹੋਈਆਂ। ਸੋ ਇਨ ਅ ਵੇ ਇਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਸੁਸਾਇਟੀ ਦੇ ਵਿੱਚ ਆਪਣੇ ਆਪ ਨੂੰ ਸਿੰਗਲ ਸਾਬਿਤ ਕਰ ਰਿਹਾ, ਪੋਜ਼ ਕਰ ਰਿਹਾ, ਐਕਟ ਕਰ ਰਿਹਾ, ਐਂਡ ਵਿਚ ਇਜ਼ ਰੀਅਲੀ ਨੋਟ ਗੁੱਡ। ਇਟ ਇਜ਼ ਅਕੋਰਡਿੰਗ ਟੂ ਦੀਸ ਗਰਲਸ ਇਟ ਇਜ਼ ਚੀਟਿੰਗ। ਚੀਟਿੰਗ ਹੈ ਕਿ ਇਹ ਬਾਕੀ ਕੁੜੀਆਂ ਨਾਲ ਵੀ ਚੀਟ ਕਰ ਰਿਹਾ, ਜਿਨ੍ਹਾਂ ਨੂੰ ਦੱਸ ਨਹੀਂ ਰਿਹਾ, ਜਿਨ੍ਹਾਂ ਨੂੰ ਹਨੇਰੇ 'ਚ ਰੱਖ ਰਿਹਾ ਕਿ ਮੈਂ ਮੈਰਿਡ ਹਾਂ, ਐਂਡ ਡੈਫੀਨੇਟਲੀ ਉਹਦੀ ਵਾਈਫ ਨਾਲ ਇਹ ਚੀਟਿੰਗ ਹੈ। ਸੋ ਇਹਨਾਂ ਨੂੰ ਇਸ ਵੇਲੇ ਕਰਨਾ ਕੀ ਚਾਹੀਦਾ? ਸਾਰੀਆਂ ਮਿਲ ਕੇ ਗੁੱਸੇ 'ਚ ਬਹੁਤ ਹੈ ਕਿ ਦਿਸ ਇਜ਼ ਵਾਟ ਯੂ ਨੋ ਬੋਇਜ਼ ਡੂ, ਐਂਡ ਪਰ ਸਾਰਿਆਂ ਨੂੰ ਪੁੱਛ ਰਹੇ ਨੇ ਕਿਉਂਕਿ ਇਹਨਾਂ ਦੇ ਪੇਰੈਂਟਸ ਕਹਿ ਰਹੇ ਕਿ ਗੱਲਬਾਤ ਵਾਲਿਆਂ ਨੂੰ ਪੁੱਛੋ। ਸੋ ਪਲੀਜ਼ ਜ਼ਰੂਰ ਕਾਲ ਕਰੋ। ਆਈ ਨੋ ਥੋੜ੍ਹਾ ਜਿਹਾ ਯੰਗਰ ਯੂ ਨੋ ਇਸ਼ੂ ਹੈਗਾ, ਬਟ ਆਈ ਡੋਂਟ ਥਿੰਕ ਏਜ ਇਜ਼ ਐਨੀ ਰੈਲੇਵੈਂਸ ਹੇਅਰ, ਕਿਉਂਕਿ ਕੋਈ ਵੀ ਹੋ ਸਕਦਾ ਜਿਹੜਾ ਕਿ ਆਪਣੇ ਆਪ ਨੂੰ ਸੁਸਾਇਟੀ ਦੇ ਵਿੱਚ ਸਿੰਗਲ ਇੱਕ ਤਰ੍ਹਾਂ ਨਾਲ ਪੋਜ਼ ਕਰ ਰਿਹਾ ਐਂਡ ਅਸਲ 'ਚ ਮੈਰਿਡ ਹੈ। ਮੇ ਬੀ ਵੋਟੀ ਵੀ ਨਾ ਇੱਥੇ ਆਉਂਦੀ ਹੋਏ, ਆਈ ਡੋਂਟ ਥਿੰਕ ਇਹ ਇਕੱਲਾ ਹੋਏਗਾ ਕੋਈ, ਬੜੀ ਤੋਂ ਪਹਿਲੇ ਵੀ ਕਈ ਐਸੇ ਬੰਦੇ ਹੋਣੇ ਹੈ।
ਬਟ ਇਹ ਰਾਈਟ ਨਾਓ ਇਹ ਵੀ ਹੈ ਕਿ ਕੁੜੀ ਆਉਂਦੀ ਜਾਂਦੀ ਰਹਿੰਦੀ ਹੈ, ਸੋ ਬੜਾ ਡੇਅਰਿੰਗ ਹੈ, ਰਿਸਕ ਟੇਕਿੰਗ ਕਪੈਸਿਟੀ ਬੜੀ ਹੈ ਲੱਗਦੀ ਹੈ ਇਹਦੀ। ਬਟ ਡੈਫੀਨੇਟਲੀ ਕੁੜੀਆਂ ਇਹ ਪੁੱਛ ਰਹੀਆਂ ਇਸ ਵੇਲੇ ਕਿ ਸਾਨੂੰ ਕੀ ਕਰਨਾ ਚਾਹੀਦਾ, ਜ਼ਰੂਰ ਕਾਲ ਕਰਕੇ ਇੱਕ ਤਾਂ ਇਹਨਾਂ ਨੂੰ ਦੱਸੋ ਕੀ ਕਰਨਾ ਚਾਹੀਦਾ, ਐਂਡ ਤੁਹਾਨੂੰ ਕੀ ਲੱਗਦਾ ਇੰਝ ਕਿਉਂ ਕਰਦੀ ਹੈ ਦੁਨੀਆ, ਯੂ ਨੋ ਵਾਈ। ਆਈ ਨੋ ਕਿ ਕਿਸੇ ਨਾਲ ਰਿਲੇਸ਼ਨਸ਼ਿਪ ਅੱਛਾ ਨਾ ਹੋਏ ਵਾਈਫ ਨਾਲ, ਫਿਰ ਇਸ ਤਰ੍ਹਾਂ ਦੀ ਗੱਲ ਕਰਨਾ, ਪਰ 3 ਸਾਲ ਤੋਂ ਤੁਸੀਂ ਇਕੱਠੇ ਹੋ ਔਰ ਕਾਮਨ ਫਰੈਂਡ ਦੇ ਥਰੂ ਸਮਝ ਆ ਗਈ ਹੈ ਕਿ ਦੁਨਿਆਵੀ ਤੌਰ 'ਤੇ ਕੋਈ ਐਸੀ ਗੱਲ ਨਹੀਂ ਹੈ, ਹੁਣ ਬੈਡਰੂਮ ਦੇ ਅੰਦਰ ਕੀ ਕਿਸ ਦਾ ਕੀ ਰਿਲੇਸ਼ਨਸ਼ਿਪ ਹੈ ਉਹ ਤਾਂ ਕਦੀ ਕਲੋਜ਼ੈਸਟ ਬੰਦਿਆਂ ਨੂੰ ਵੀ ਨਹੀਂ ਪਤਾ ਲੱਗ ਸਕਦਾ। ਬਟ ਦੁਨਿਆਵੀ ਟੇਲ ਤਾਂ ਦੇ ਆਰ ਰੀਅਲੀ ਹੈਪੀਲੀ ਮੈਰਿਡ, ਐਂਡ ਕਾਫੀ ਹੱਦ ਤੱਕ ਐਟਲੀਸਟ 3 ਸਾਲਾਂ 'ਚੋਂ 2 ਸਾਲ ਕੁੜੀ ਇੱਥੇ ਹੀ ਰਹੀ ਹੈ, ਨੇਬਰਿੰਗ ਸਿਟੀ 'ਚ ਹੈਗੀ ਹੈ, ਸੋ ਯੂ ਨੋ ਕਮਿਊਨਿਟੀ ਵਾਈਜ਼ ਗੁਆਂਢੀ ਨਹੀਂ ਨੇ, ਦੂਸਰੀ ਸਿਟੀ ਤੋਂ ਕੰਮ ਕਰਨ ਆਉਂਦਾ ਉੱਥੇ, ਐਂਡ ਕਿਉਂ ਵਾਟ ਡੂ ਯੂ ਥਿੰਕ ਇਸ ਤਰ੍ਹਾਂ ਕਿਉਂ ਕਰਦੇ ਨੇ, ਕੀ ਇਹ ਸੋਚਦੇ ਨੇ ਕਿ ਪਕੜੇ ਨਹੀਂ ਜਾਣਗੇ ਜਾਂ ਪਤਾ ਨਹੀਂ ਲੱਗੇਗਾ, ਕਿੰਨੀ ਦੇਰ ਨਹੀਂ ਪਤਾ ਲੱਗੇਗਾ, ਐਂਡ ਮਨ ਵਿੱਚ ਕੀ ਹੈ ਜਿਹੜਾ ਯੂ ਨੋ ਯੂ ਜਸਟ ਹੈਵਿੰਗ ਫਨ ਪਲੇਇੰਗ ਅਰਾਊਂਡ ਵਿਦ ਦਿਸ ਸਿੰਗਲ ਐਂਡ ਮੈਰਿਡ ਸਟੈਟਸ। ਸੋ ਪਲੀਜ਼ ਜ਼ਰੂਰ ਕਾਲ ਕਰਕੇ ਦੱਸੋ, ਇਹਨਾਂ ਨਾਲ ਗੱਲ ਕਰਨੀ ਬਣਦੀ ਹੈ। ਲੈਟ ਮੀ ਸੀ, ਤੁਸੀਂ ਸਾਰੇ ਸੋਚ ਕੇ ਰੱਖੋ, ਕਾਲ ਜ਼ਰੂਰ ਕਰਿਆ ਕਰੋ, ਐਂਡ ਮੈਂ ਇੱਕ ਲੈਂਦੀ ਹਾਂ ਛੋਟੀ ਜਿਹੀ ਬ੍ਰੇਕ। ਵੈਲਕਮ ਬੈਕ, ਲੈਟਸ ਸੀ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਨਮਸਕਾਰ, ਨਮਸਕਾਰ ਸੁਦਰਸ਼ਨ ਜੀ, ਕੀ ਹਾਲ ਹੈ ਆਪਕੇ? ਮੇਰਾ ਬਿਲਕੁਲ ਠੀਕ ਹੈ। ਮੈਂ ਪਹਿਲਾਂ ਤਾਂ ਇਹ ਕਹਿਣਾ ਹੈ ਵੀ ਤੁਸੀਂ ਕਹਿੰਦੇ ਹੋ ਆ ਜਾਓ ਚਾਹ ਕਾਫੀ ਪੀ ਕੇ ਤੇ ਬੈਠ ਜਾਓ, ਵੀ ਕਦੀ ਕਦੀ ਠੰਡੀ ਲੱਸੀ ਵੀ ਭੇਜ ਦਿਆ ਕਰੋ। ਸਹੀ ਕਹਿ ਰਹੇ ਹੋ, ਅੱਜ ਵੈਸੇ ਮੌਸਮ ਸਹੀ ਠੰਡੀ ਲੱਸੀ ਦਾ ਹੀ ਹੈ। ਦਾਦੀ ਗਰਮੀ, ਮੈਂ ਹੁਣੇ ਆਈ ਆ ਥੈਰੇਪੀ ਤੋਂ, ਮੇਰੀ ਕੰਧ ਵਿੱਚ ਬੜੀ ਪ੍ਰੋਬਲਮ ਚੱਲ ਰਹੀ ਸੀ, ਤੇ ਮੈਂ ਉਹਨੂੰ ਕਿਹਾ ਆਈ ਆ, ਮੈਂ ਕਿਹਾ ਮੈਂ ਪੂਰਾ ਹਫਤਾ ਹੋਰ ਨਹੀਂ ਆਣਾ, ਬੜੀ ਗਰਮੀ, ਇਟਸ ਰੀਲੀ ਹੌਟ, ਆਈ ਨੋ, ਅੱਜ ਤੇ ਬਾਹਰ। ਹਾਂਜੀ, ਇਹ ਜਿਹੜਾ ਲੜਕਾ ਹੈ ਫਲਰਟ ਕਰ ਰਿਹਾ ਸਭ ਨਾਲ, ਤੇ ਮੇਰਾ ਇਹ ਖਿਆਲ ਹੈ ਕਿ ਉਹਦੀ ਵਾਈਫ ਤੱਕ ਪਹੁੰਚਾ ਦੇਣੀ ਚਾਹੀਦੀ ਹੈ ਗੱਲ। ਅੱਛਾ, ਮੇਬੀ ਸ਼ੀ ਇਜ਼ ਇਨੋਸੈਂਟ, ਔਰ ਦੂਜੀ ਚੀਜ਼ ਇਹ ਹੋ ਸਕਦੀ ਹੈ ਕਿ ਇਹਨੇ ਆਪਣਾ ਸਟੇਟਸ ਜਿਹੜਾ ਵੈਸ ਛੋੜੇ ਹੋਇਆ, ਕਿੰਨਾ ਸ਼ਾਦੀ ਸ਼ੁਦਾ ਹੈ, ਤੇ ਇਹਦਾ ਮਤਲਬ ਮੇਬੀ ਹੀ ਇਜ਼ ਨਾਟ ਹੈਪੀ ਵਿਦ ਹਿਸ ਵਾਈਫ, ਮੇਬੀ, ਆਈ ਐਮ ਨਾਟ ਸ਼ੋਰ, ਮੇਬੀ, ਆਈ ਨੋ ਇਟਸ ਸੋ, ਬਟ ਕਿਉਂ ਕਰਦੇ ਹਨ ਲੋਕੀ, ਲਾਈਕ ਜਿਵੇਂ ਉਹ ਕੁੜੀ ਹੁਣ ਤੇ ਕਾਮਨ ਫਰੈਂਡ ਮਿਲ ਗਈ ਹੈ ਜਿਹਨੇ ਅਟੈਂਡ ਕੀਤਾ ਹੈ, ਜਿਹੜੀ ਉਹਦੀ ਫੈਮਿਲੀ ਨੂੰ ਜਾਣਦੀ ਹੈ, ਇਹ ਧੋਖਾ ਦੇ ਰਿਹਾ, ਬੜੀਆਂ ਲੜਕੀਆਂ ਨੂੰ ਫਲਰਟ ਕਰ ਰਿਹਾ, ਹੀ ਇਜ਼ ਅ ਪਲੇ ਬੋਏ, ਹਾਂ ਇਜ਼ ਅ ਪਲੇ ਬੋਏ, ਇਹ ਤਾਂ ਉਸ ਲੜਕੀ ਦੀ ਅਕਲਮੰਦੀ ਉਹਨੇ ਕੀਤੀ ਕਿ ਜ਼ਿਆਦਾ ਉਹਦੇ ਨਾਲ ਕਲੋਜ਼ ਨਹੀਂ ਹੋਈ, ਉਹ ਚਾਂਸ ਦੀ ਗੱਲ ਹੈ ਨਾ ਕਿ ਉਹਨੂੰ ਇੰਨੀ ਹੋਈ ਨਹੀਂ ਅਟਰੈਕਸ਼ਨ, ਚਾਂਸ ਦੀ ਗੱਲ ਹੈ ਕਿ ਨਹੀਂ ਹੋਈ, ਪਰ ਉਹਦੀ ਵਾਈਫ ਤੱਕ ਨੇ ਗੱਲ ਜ਼ਰੂਰ ਪਹੁੰਚਣੀ ਚਾਹੀਦੀ ਹੈ, ਔਰ ਇਸ ਨੂੰ ਤੇ ਮਤਲਬ ਕੀ ਕਰਾਂ, ਸਾਰੀਆਂ ਸਹੇਲੀਆਂ ਮਿਲ ਕੇ ਕੁੱਟਣ ਇੱਕ ਦਿਨ ਚੰਗੀ ਤਰ੍ਹਾਂ ਦਰਵਾਜ਼ਾ ਬੰਦ ਕਰਕੇ, ਇਹਦੀ ਸਾਰੀ ਫਲਰਟ ਫਲਰਟ ਜਿਹੜਾ ਹੈ ਸਭ ਠੀਕ ਹੋ ਜਾਏਗਾ। ਸੋ ਬੀ ਕੇਅਰਫੁਲ, ਸਭ ਲੜਕੀਆਂ ਵਾਸਤੇ ਮੇਰਾ ਮੈਸੇਜ ਹੈ ਕਿ ਬੀ ਕੇਅਰਫੁਲ, ਨਾਟ ਟੂ ਬੀ ਟੂ ਕਲੋਜ਼ ਟੂ ਐਨੀਬਾਡੀ, ਜਸਟ ਹੈਵ ਅ ਕੱਪ ਆਫ ਕਾਫੀ ਐਂਡ ਰੀਡ ਦਾ ਅਦਰ ਪੀਪਲਸ ਮਾਈਂਡ, ਸੋ ਬੀ ਮੈਚਿਓਰ, ਸੋ ਹੋਰ ਤੇ ਕੁਝ ਨਹੀਂ ਹੋ ਸਕਦਾ। I know. feel very bad, but you know, I mean, ਤੁਹਾਨੂੰ ਇੰਨਾ ਐਕਸਪੀਰੀਅੰਸ ਹੈ, ਸਾਰਾ ਗੱਲਾਂ ਸੁਣਦੇ ਹੋ, ਵਿਚਰਦੇ ਹੋ, ਸਰ ਕਿਉਂ ਕਰਦੀ ਹੈ ਦੁਨੀਆ ਇੰਚ, ਲਾਈਕ ਸੋਸ਼ਲੀ ਤੇ ਸਭ ਲੜਕੇ ਅਰਵਿੰਦ ਜੀ ਆਦਮੀ ਕਰਦੇ ਆ, ਤੁਸੀਂ ਦੇਖੋ ਉਹ ਤਾਂ ਲੜਕਾ, ਤੁਸੀਂ ਸੋਚ ਲਓ ਉਹਦੇ 3 ਸਾਲ ਸ਼ਾਦੀ ਨੂੰ ਹੋਏ ਨੇ, ਜਿਹੜੇ ਬੰਦੇ ਨੇ ਸਿਆਣੇ ਬਿਆਣੇ ਉਹ ਫਲਰਟ ਕਰਦੇ ਆ, ਫਿਰ ਉਹਨਾਂ ਦਾ ਕੀ ਕਰੋ ਤੁਸੀਂ? ਨਹੀਂ ਨਹੀਂ, ਫਲਰਟ ਤੇ ਕਰਦੇ ਆ, ਪਰ ਇਹ ਬਾਹਰ ਵਾਲੇ ਨੂੰ ਦੱਸਣਾ ਕਿ ਵਿਆਹ ਹੀ ਨਹੀਂ ਹੋਇਆ, ਕਦੋਂ ਤੱਕ ਕੀ ਸੋਚਦੇ ਆ ਪਤਾ ਨਹੀਂ ਲੱਗੇਗਾ, ਲਾਈਕ ਹਾਊ ਵਿਲ ਇਟ ਵਰਕ? ਉਹਦੇ ਮਨ 'ਚ ਖੋਟ ਹੈ ਜੀ, ਜਿਹਨੇ ਆਪਣਾ ਛੋੜਿਆ ਹੋਇਆ ਸਟੇਟਸ ਕਿ ਮੈਂ ਸ਼ਾਦੀ ਸ਼ੁਦਾ ਨਹੀਂ ਹਾਂ, ਪੱਕੀ ਗੱਲ, ਸਟੇਟਸ ਵੀ ਛੋੜਿਆ ਔਰ ਗੱਲਾਂ ਇੰਜ ਹੀ ਕਰਦਾ ਹੈ ਜਿਵੇਂ ਯੂ ਨੋ ਕਿ ਪਤਾ ਹੀ ਨਹੀਂ ਕਿ ਮੈਂ ਸ਼ਾਦੀ ਸ਼ੁਦਾ, ਬਾਕੀ ਸਭ ਦੇ ਬਾਰੇ ਦੱਸਿਆ, ਘਰ 'ਚ ਕੌਣ ਹੈ ਕੀ ਹੈ ਤੇ ਵਾਈਫ ਬਾਰੇ ਨਹੀਂ ਕੁਝ, ਚਲੋ ਮੌਜਾਂ ਕਰੋ, ਲੋਕਾਂ ਨੂੰ ਮਿਲੋ ਗਿੱਲੋ, ਯਾ ਸੋ ਬੈਡ, ਮੈਂ ਤਾਂ ਉਸ ਲੜਕੀ ਵਾਸਤੇ, ਮੈਂ ਉਹਨੂੰ ਠੀਕ ਹੈ, ਉਹਨੇ ਉਹਨੂੰ ਠੀਕ ਰੀਡ ਕੀਤਾ, ਔਰ ਉਹਨਾਂ ਦਾ ਗੁੱਸਾ ਵੀ ਠੀਕ ਹੈ, ਉਹਦੀ ਵਾਈਫ ਤੱਕ ਜ਼ਰੂਰ ਪਹੁੰਚਾਣੇ ਗੱਲ, ਬਿਲਕੁਲ, ਔਰ ਉਹਨੂੰ ਕਨਫਰਟ ਕਰ, ਬਿਲਕੁਲ ਕਰ, ਆਈ ਨੋ। ਲੈਟਸ ਸੀ ਹੋਰ ਕੀ ਕਹਿੰਦੇ, ਔਰ ਕੁਛ ਹੋਰ ਵੀ ਧਿਆਨ ਆਏ ਨਾ ਜ਼ਰੂਰ ਕਾਲ ਕਰਿਓ, ਵਾਈਫ ਤੱਕ ਪਹੁੰਚਾਉਣ ਨਹੀਂ ਪਹੁੰਚਾਉਣ ਹੋਰ ਕੋਈ ਤਰੀਕਾ ਹੈ, ਮਤਲਬ ਕੀ ਕਹਿੰਦੇ ਹੋ ਤੁਸੀਂ? ਲੈਟਸ ਸੀ, ਹੋ ਹੈਲੋ, ਹੈਲੋ, ਹਾਂਜੀ ਹਾਂਜੀ, ਗਿਆਨ ਸਿੰਘ ਜੀ, ਹਾਂਜੀ ਗਿਆਨ ਸਿੰਘ ਜੀ, ਗਿਆਨ ਸਿੰਘ ਜੀ ਤੁਹਾਡਾ ਨੰਬਰ ਬੜੇ ਬੰਦੇ ਮੰਗਦੇ ਰਹਿੰਦੇ ਆ, ਸੋ ਕੀ ਦੱਸੀਏ ਹੁਣ ਜੀ, ਮੈਂ ਉਹ ਸਾਡੀ ਘਰ ਵੀ ਗੱਲ ਹੁੰਦੀ, ਕਹਿੰਦੀ ਦਫ਼ਤਰ ਹੀ ਖੋਲ ਲਓ ਇੱਥੇ, ਹੁਣ ਸਿੱਧਾ ਇੱਕ ਪਹਿਲੋਂ ਖਲਤੀਆਂ ਆਪ ਕਰ ਲੈਂਦੇ ਆ ਤੇ ਮਗਰੋਂ ਫਿਰ ਆ ਜਾ ਕੇ ਫਿਰ ਇਹ ਸੱਤ ਸਦਾ, ਪਹਿਲੇ ਇਹ ਦੱਸੋ, ਇਹ ਗੱਲ ਮੈਂ ਫੇਰ ਦੱਸਦਾ, ਜਿਹੜੀ ਉਹ ਪਿੱਛੇ ਤੋਂ ਪਿਛਲੇ ਹਫ਼ਤੇ ਇੱਕ ਕੇਸ ਲੱਗਾ ਸੀ ਆਪਣੇ 9 ਕੋਟ ਦੀ, ਸੋਰ ਉਹਦਾ ਕੀ ਬਣਿਆ? ਸੋਰੀ ਕਿਹੜਾ? ਜਿਹੜਾ 9 ਕਹਿੰਦੇ
ਸੋਹਰੇ ਨੂੰ ਘੁੱਟਦੀ ਸੀ। ਹਾਂਜੀ ਹਾਂਜੀ ਉਹਨਾਂ ਬਣਿਆ ਕੁਛ ਨਹੀਂ ਬਣਿਆ ਹਾਲੇ ਹਾਲੇ ਤੇ ਉਹਨਾਂ ਨੇ ਉਹ ਅੱਗੇ ਕੁਛ ਨਹੀਂ ਦੱਸਿਆ ਉਂਝ ਹੀ ਬੈਠੇ ਹੋਏ। ਨਹੀਂ 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 ਦੇਖੋ ਆਪਾਂ ਪਹੁੰਚ ਗਏ ਤਾਂ ਉਦਾਂ ਹੀ ਅਨੁਭਵ ਨਹੀਂ ਦੱਸਿਆ ਆਪਣੇ ਕੋਲ ਉਦਣੇ ਹੀ ਆ ਗਏ ਸੀ ਉਹ। ਅੱਛਾ ਹਾਂ ਓਕੇ ਉਦਣੇ ਹੀ ਆ ਗਏ ਸੀਗੇ ਮੁੰਡੇ ਵਾਲੇ ਹਨਾ। ਠੀਕ ਹੈ ਠੀਕ ਹੈ ਉਹ ਤਾਂ ਸਾਡੇ ਗੁਆਂਢੀ ਨਿਕਲੇ ਚਲੋ ਫਿਰ ਹੋ ਗਿਆ ਕੁਛ ਉਹਨਾਂ ਦਾ ਸਾਨੂੰ ਬਾਅਦ ਚ ਫੋਨ ਨਹੀਂ ਕਰਤਾ ਜੀ ਉਹਨਾਂ ਦਾ ਜੋ ਮੈਂ ਕਿਹਾ ਸੀਗਾ ਨਾ ਪਹਿਲਾਂ ਉਹੀ ਕਰ ਦਿੱਤਾ ਮੈਂ ਉਹਨੂੰ ਕਿਹਾ ਬੀਬੀ ਨੂੰ ਕਿਹਾ ਸੱਸ ਨੂੰ ਕੁੜੀ ਦੀ ਨੂੰ ਹਾਂਜੀ ਹੁਣ ਸੀਗੇ ਸਾਡੇ ਗੁਆਂਢੀ ਵੀ ਤੂੰ ਕਿਹੜੇ ਕੰਮ ਚ ਪਈ ਆ ਛੱਡ ਮੁੰਡੇ ਮੁੰਡੇ ਬੂਟੀ ਨੂੰ ਆਪੇ ਆਪਣਾ ਚਲਾਉਣਗੇ ਬਿਲਕੁਲ ਜਿੱਥੇ ਜਿੱਥੇ ਸੋਖਿਆ ਜਾਓ ਸਵੇਰੇ ਅੱਜ ਆਪਣੀ ਧੀ ਦੇ ਕੋਲ ਪਹੁੰਚ ਗਈ ਹੈ ਕੈਲੀਫੋਰਨੀਆ। ਓ ਅੱਛਾ ਚਲੋ ਧੀ ਕੋਲ ਵੀ ਕੀ ਮੈਨੂੰ ਤੇ ਲੱਗਦਾ ਅਲਟੀਮੇਟ ਜਿਹੜਾ ਨਾ ਕੱਲੇ ਵੱਖਰੇ ਰਹਿਣ ਕਿਉਂ ਕਿਸੇ ਨੂੰ ਤੰਗ ਕਰਨਾ ਜਿੰਜ ਦੀ ਆਪਣੀ ਆਪਣੀ। ਹਾਂ ਇੱਥੇ ਮੈਂ ਕਹਿ ਰਿਹਾ ਸੀਗਾ ਮੈਂ ਹਿਸਾਬ ਲਾ ਲਿਆ ਸੀਗਾ ਵੀ ਤੁਹਾਡੇ ਪਾਸ ਤੋਂ ਕੁਛ ਬਾਹਰ ਗੱਲ ਹੈਗੀ ਆ ਫਿਰ ਉਹ ਤਾਂ ਜਿਹਦੀ ਕੁੜੀ ਆ ਉਹ ਵੀ ਸਾਡੇ ਨਿਕਲੇ ਜਿੱਥੇ ਮੁੰਡੇ ਦੇ ਨਾਨਕੇ ਉਹ ਵੀ ਸਭ ਕੁਛ ਮੇਰੇ ਕੋਲ ਤਾਂ ਆ ਗਿਆ ਮੇਰੇ ਕੋਲ ਤਾਂ ਬੈਡਟ ਆ ਜਾਣਾ ਹੁੰਦਾ ਇੱਕ ਵਾਰੀ ਮਾੜਾ ਦੱਸਦੇ ਸੀ ਕੋਈ ਉਹ ਫਿਰ ਉਧਰ ਮੈਂ ਉਹਨੂੰ ਕਿਹਾ ਟਿਕਟ ਲੈ ਭੈਣੇ ਤੇ ਤੂੰ ਛੱਡ ਇਹਨਾਂ ਤੂੰ ਹੁਣ ਕਿਹੜਾ ਕੋਈ ਸਿਆਣੀ ਆ। ਚਲੋ ਬਹੁਤ ਵਧੀਆ ਥੈਂਕ ਯੂ ਸੋ ਮਚ ਸ਼ੇਅਰਿੰਗ ਕਿਉਂਕਿ ਸਾਨੂੰ ਦੱਸਿਆ ਕੁਛ ਨਹੀਂ ਹਾਲੇ ਉਹੀ ਮੈਂ ਕਹਿੰਦੀ ਹਾਂ ਕਿ ਜਦੋਂ ਸਾਡੇ ਨਾਲ ਗੱਲ ਕਰਦੇ ਉਸ ਤੋਂ ਬਾਅਦ ਫੀਡਬੈਕ ਤੇ ਦਿਆ ਕਰੋ ਵੀ ਅਸੀਂ ਇਹ ਕੀਤਾ ਹੈ ਜਿੱਦਾਂ ਕਹਿੰਦੇ ਟੈਲੀਫੋਨ ਮੰਗਦੇ ਉਹਨਾਂ ਦੇ ਨੰਬਰ ਲੈ ਲਿਆ ਮੇਰਾ ਤਾਂ ਉਸੇ ਵੇਲੇ ਮੈਨੂੰ ਸਲਾਹ ਹੀ ਪੁੱਛ ਲਈ ਕੀ ਕਰਾਂ ਮੈਂ। ਠੀਕ ਹੈ ਮੈਂ ਇਹ ਵੀ ਗੱਲ ਕੀਤੀ ਸੀ ਵੀ ਜੇ ਤੁਸੀਂ ਕਹਿੰਦੇ ਹੋ ਬਹੁਤ ਅਨਪੜ੍ਹ ਆ ਕਿੱਦਾਂ ਦੀ ਸਿਟੀਜ਼ਨਸ਼ਿਪ ਕਿੱਦਾਂ ਲੈ ਲਈ ਉਹ ਵੀ ਦੱਸਤੀ ਮੈਨੂੰ ਕਿੱਦਾਂ ਲਈ ਉਹਨਾਂ ਨੇ ਚਲੋ ਮਿਲ ਜਾਂਦੀ ਉਹ ਤਾਂ ਠੀਕ ਹੈ ਉਹ ਮੈਂ ਤੁਹਾਨੂੰ ਸਭ ਕੁਝ ਪੁੱਛ ਲਿਆ ਨਾ ਤੇ ਉਹਨਾਂ ਨੂੰ ਮੈਂ ਹੁਣ ਬੀਬੀ ਨੂੰ ਟਿਕਾਣੇ ਸਵੇਰੇ ਲੈ ਜਾਂਦਾ 8 ਵਜੇ ਆਪਣੀ ਧੀ ਕੋਈ ਤੇ ਕੈਲੀਫੋਰਨੀਆ ਪਹੁੰਚ ਗਈ। ਚਲੋ ਸ਼ੁਕਰ ਹੈ ਜਿਹਦੇ ਰਾਮ ਜੀ ਹੋਏ ਗਿਆਨ ਸਿੰਘ ਜੀ ਬਹੁਤ ਵਧੀਆ ਹੈ ਕਿ ਸੁੱਖ ਦੀ ਘੜੀ ਲੈਣ ਦੂਜਿਆਂ ਨੂੰ ਵੀ ਦੇਣ ਤੇ ਹੁਣ ਤਾਂ ਅਲਟੀਮੇਟਲੀ ਮੈਨੂੰ ਲੱਗਦਾ ਇੰਜ ਦੇ ਬੰਦੇ ਜਿਹੜੇ ਲਟਕਾਈ ਜਾਣ ਨਾ ਗੱਲ ਉਹਨੂੰ ਵੀ ਨਾ ਤੰਗ ਕਰਨ ਆਪਣਾ ਵੱਖਰੇ ਰਹਿਣ। ਨਹੀਂ ਭਾਈ ਮੈਂ ਤਾਂ ਪਹਿਲੇ ਦਿਨ ਤੋਂ ਹੀ ਸਲਾਹ ਦਿੱਤੀ ਸੀ ਤੁਸੀਂ ਕਿ ਅਜੂ ਮੁਸ਼ਕਲ ਹੈ ਉੱਥੇ ਜਿੱਥੇ ਰਹਿੰਦੇ ਸੀਗੇ ਆਪਣੇ ਉੱਥੇ ਵੀ ਤੁਹਾਨੂੰ ਪਤਾ ਵੀ ਕੁਛ ਲੋਕ ਏਦਾਂ ਦੇ ਸੀਗੇ ਉਲਟੀ ਨੂੰ ਪੜਾਉਣ ਵਾਲੇ ਉੱਥੇ ਤੇ ਲੋਕੀ ਹੋਰ ਹੀ ਹਿਸਾਬ ਲਾਈ ਬੈਠੇ ਸੀਗੇ ਲੋਕੀ ਮੈਂ ਕੀ ਗੱਲ ਕਰਨੀ ਇੰਟਰਨੈਸ਼ਨਲ ਤੇ ਆਪਣੇ ਚੈਨਲ ਤੇ ਹਾਂਜੀ ਵੀ ਉਹ ਤਾਂ ਚਲੋ ਆਪਾਂ ਫੇਰ ਵੱਖਰੇ ਵੀ ਕਰ ਸਕਦੇ ਹਾਂ ਜੀ ਜ਼ਰੂਰ ਮੈਂ ਤੁਹਾਨੂੰ ਕਾਲ ਕਰਾਂਗੀ ਕਿਉਂਕਿ ਮੇਰੇ ਵਾਸਤੇ ਜ਼ਰੂਰ ਇਹ ਸਮਝਣਾ ਯੂ ਨੋ ਜ਼ਰੂਰੀ ਹੈ ਕਿ ਮੈਂ ਜਿਹੜੀ ਗੱਲ ਕਰ ਰਹੀ ਅਸੀਂ ਇੱਥੇ ਘੰਟਾ ਲਾ ਰਹੇ ਹਾਂ ਔਰ ਕਿੰਨੇ ਕਾਲਸ ਮੇਰੇ ਨਾਲ ਪਹਿਲੇ ਗੱਲ ਹੋਈ ਹੁੰਦੀ ਹੈ ਉਹਦਾ ਕੀ ਬਣਿਆ ਸੋ ਮੈਂ ਹਮੇਸ਼ਾ ਰਿਕੁਐਸਟ ਕਰਦੀ ਹਾਂ ਕਿ ਫੀਡਬੈਕ ਜ਼ਰੂਰ ਦਿਆ ਕਰੋ ਵੀ ਅਸੀਂ ਹੁਣ ਇੰਜ ਕਰ ਰਹੇ ਹਾਂ ਸੋ ਥੈਂਕ ਯੂ ਸੋ ਮਚ ਗਿਆਨ ਸਿੰਘ ਜੀ ਅੱਜ ਵਾਸਤੇ ਕੀ ਕਹਿੰਦੇ ਹੋ। ਅੱਜ ਵਾਸਤੇ ਮੈਂ ਇਹੀ ਕਹੂੰਗਾ ਦੇਖੋ ਜੀ ਵੀ ਜਿਹੜੇ ਪੁਰਾਣੇ ਲੋਕ ਸੀਗੇ ਨਾ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਬੱਚੇ ਹੈ ਨਾ ਮੁੰਡੇ ਕੁੜੀਆਂ ਉਹ ਆਪਣੇ ਆਪ ਨੂੰ ਸਿਆਣੇ ਸਮਝਦੇ ਠੀਕ ਨੀ ਜੋ ਮੈਂ ਗੱਲ ਸੁਣੀ ਹੈ ਨਾ ਵੀ ਜਦੋਂ ਕੁੜੀ ਨੇ ਇੰਨਾ ਅੱਗੇ ਤੱਕ ਵਧਾ ਲਿਆ ਪਹਿਲਾਂ ਉਹਦੇ ਪੇਰੈਂਟਸ ਸਹਿਰੀ ਸੀ ਵੀ ਮੁੰਡੇ ਦਾ ਪਤਾ ਕਰਨ ਕੌਣ ਕਿੱਥੋਂ ਕਿੱਦਾਂ ਨਹੀਂ ਕੋਈ ਨਹੀਂ ਵਧਾਇਆ ਕੁਛ ਕਿੱਥੇ ਵਧਾਇਆ ਮੈਂ ਤਾਂ ਕਹਿ ਰਹੀ ਹਾਂ ਨਹੀਂ ਵਧਾਇਆ ਉਹਨੇ ਹੁਣ ਸਲਾਹ ਜਿੱਦਾਂ ਲੈਂਦੀ ਹੈ ਕੁੜੀ ਮੈਂ ਕੀ ਕਰਾਂ ਨਹੀਂ ਉਹ ਨਹੀਂ ਕੁੜੀ ਇਕੱਲੀ ਨਹੀਂ ਕਹਿ ਰਹੀ ਗਿਆਨ ਸਿੰਘ ਜੀ ਉਹ ਸਾਰੀਆਂ ਕੁੜੀਆਂ ਜਿਹੜੀਆਂ ਆਫਿਸ ਦੋ ਤਿੰਨ ਬਿਲਡਿੰਗਸ ਹੈਗੀਆਂ ਡਿਫਰੈਂਟ ਡਿਫਰੈਂਟ ਆਫਿਸਿਸ ਹੈਗੀਆਂ ਆਪਾਂ ਸੀ ਇੰਡੀਅਨ ਬੱਚੇ ਥੋੜ੍ਹਾ ਜਿਹਾ ਸਾਨੂੰ ਸਮਝਣਾ ਪਏਗਾ ਹੈਲੋ ਹਾਏ ਕਰਦੇ ਨੇ ਬੈਠ ਕੇ ਚਾਹ ਪੀ ਲੈਂਦੇ ਉਹ ਕੋਈ ਵਧਾਉਣ ਵਾਲੀ ਗੱਲ ਨਹੀਂ ਹੈ ਉੱਥੇ ਪਰ ਉਨੀ ਦੇਰ ਚ ਪਤਾ ਲੱਗ ਗਿਆ ਸੋ ਉਹਨਾਂ ਨੂੰ ਗੁੱਸਾ ਇਹ ਆ ਰਿਹਾ ਹੈ ਗੁੱਸਾ ਇਹ ਆ ਰਿਹਾ ਕਿ ਅਸੀਂ ਮਤਲਬ ਦੱਸਦਾ ਕਿਉਂ ਨਹੀਂ ਹੈ ਕਿਉਂ ਇੰਝ ਲਿਖਦਾ ਬਾਕੀ ਸਾਰਿਆਂ ਨਾਲ ਕੁੜੀਆਂ ਨਾਲ ਗੱਲਾਂ ਇੰਝ ਮਾਰਦਾ ਵੀ ਕੁਆਰਾ ਇਹਦੇ ਆਪਾਂ ਇਹ ਹੁਣ ਉਹਦੀ ਗੱਲ ਉਹ ਜਾਣੇ ਜੀ ਆਪਾਂ ਕੀ ਕਹਿ ਸਕਦੇ ਹਾਂ ਕਈ ਜਗ੍ਹਾ ਕੁੜੀਆਂ ਵੀ ਤਾਂ ਕਰ ਜਾਂਦੀਆਂ ਮੁੰਡੇ ਵੀ ਕਰ ਜਾਂਦੇ ਆ ਇਹੋ ਤਾਂ ਪੜ੍ਹਿਆ ਲਿਖਿਆ ਚ ਵਾਧਾ ਹੋ ਗਿਆ ਹਨਾ ਤੇ ਅਸੀਂ ਜਿਹੜੇ ਗਾਂ ਅੱਗੇ ਗੱਲ ਕਰਨ ਵਾਲੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਉਹ ਜੋ ਮਰਜ਼ੀ ਕਹੇ ਜਦ ਤੱਕ ਅਸੀਂ ਨਹੀਂ ਪਹੁੰਚਦੇ ਉਹਦੇ ਤੁਰ ਤਾਂ ਨਹੀਂ ਹਨਾ ਤੇ ਹੁਣ ਸਾਡੇ ਜ਼ਮਾਨੇ ਦੇ ਨਾਨਕਿਆਂ ਤੇ ਘਰ ਪੁੱਛਦੇ ਸੀਗੇ ਪਰਿਵਾਰ ਕਿੱਦਾਂ ਦੇ ਹੈਗੇ ਤੇ ਇਹਨਾਂ ਨੂੰ ਪਤਾ ਹੀ ਨਹੀਂ ਉਹ ਮੁੰਡਾ ਕਿੱਥੋਂ ਦਾ ਕਿਹੜਾ ਕਿਹੜਾ ਕਿੱਥੋਂ ਦਾ ਰਹਿਣ ਵਾਲਾ ਪਰ ਉਹ ਆਮ ਗੱਲ ਕਰ ਰਹੇ ਹਨ ਕੋਈ ਰਿਸ਼ਤੇ ਦੀ ਗੱਲ ਥੋੜੀ ਹੋ ਗਈ ਹੈ ਹੁਣ ਹਾਂ ਉਹ ਤਾਂ ਚਲੋ ਇਹ ਤੇ ਫਰੌਡ ਤੇ ਚੱਲਦੇ ਹੀ ਚੱਲਦੇ ਆ ਇਹ ਕਿਹੜੀ ਗੱਲ ਹੈ ਜੋ ਤੇ ਚੱਲਦੇ ਹੀ ਆ ਜੇ ਆਪਾਂ ਕੀ ਆਪਾਂ ਹੀ ਕਰ ਸਕਦੇ ਆ ਆਪਾਂ ਹਰ ਤਰ੍ਹਾਂ ਦੇ ਬੰਦੇ ਹੈਗੇ ਇੱਥੇ ਹਰ ਤਰ੍ਹਾਂ ਦੇ ਬੰਦੇ ਹੈਗੇ ਆ ਹੈ ਜੀ ਸੋ ਤੁਹਾਨੂੰ ਕੀ ਲੱਗਦਾ ਕੁੜੀਆਂ ਨੂੰ ਕੀ ਕਰਨਾ ਚਾਹੀਦਾ ਕੁੜੀਆਂ ਨੂੰ ਕੁਝ ਵੀ ਨਹੀਂ ਕਰਨਾ ਚਾਹੀਦਾ ਬਸ ਅੱਗੇ ਤੋਂ ਜੇ ਕਿਸੇ ਨਾਲ ਗੱਲ ਵਧਾਉਣੀ ਚਾਹੁਣ ਕੁੜੀਆਂ ਤੇ ਅੱਗਾ ਪਿੱਛਾ ਤਸੱਲੀ ਕਰਕੇ ਕਰਨ ਹੋਰ ਆਪਾਂ ਕੀ ਕਰ ਸਕਦੇ ਆ ਨਹੀਂ ਨਹੀਂ ਉਹ ਕਹਿੰਦੀਆਂ ਬਾਕੀ ਸਾਰਿਆਂ ਨਾਲ ਵੀ ਕਰੇਗਾ ਸੋ ਸਾਨੂੰ ਵੋਟੀ ਨੂੰ ਦੱਸ ਨਹੀਂ ਦੇਣਾ ਚਾਹੀਦਾ ਵੀ ਇੰਜ ਕਰਦਾ ਹੈ ਨਹੀਂ ਉਹ ਇੱਥੇ ਕੋਈ ਲਾਅ ਹੈਗਾ ਵੀ ਜਿਹੜਾ ਉਹਨੂੰ ਅੱਗੇ ਕਹੇ ਤੂੰ ਆਹ ਕੰਮ ਨਾ ਕਰੀ ਹੈ ਇਹ ਦੱਸੋ ਇਹ ਲਾਅ ਇਹ ਨਹੀਂ ਕਰਾਂ ਉਹ ਆਪਣਾ ਆਪਣਾ ਦਾ ਲਾਈ ਜਾਂਦਾ ਆਪਣੀ ਗੱਲ ਕਰੀ ਜਾਂਦੇ ਕਿ ਇੱਕ ਥੋੜ੍ਹਾ ਜਿਹਾ ਕੇਸ ਹੈ ਬਥੇਰੇ ਆ ਇੱਕ ਬਥੇਰੇ ਕੇਸ ਇਹੋ ਜਿਹੇ ਹੈਗੇ ਆ ਇੱਕ ਥੋੜ੍ਹਾ
ਹਰ ਤਰ੍ਹਾਂ ਦੇ ਹੁਣ ਕਿਤੇ ਮੁੱਕ ਨਹੀਂ ਸਕਦੀਆਂ ਗੱਲਾਂ ਆਪਾਂ ਕਰੀਏ ਤਾਂ, ਇਸ ਕਰਕੇ ਇਹ ਤਾਂ ਆਪੋ ਹੀ ਸਾਨੂੰ ਸੋਚਣਾ ਚਾਹੀਦਾ, ਕੁੜੀਆਂ ਨੂੰ ਕਹੋ ਵੀ ਤੁਸੀਂ ਜਿੱਥੇ ਕੋਈ ਅਗਲਾ ਗੱਲ ਕਰੇ ਉੱਥੇ ਇੱਕਦਮ ਵਿਸ਼ਵਾਸ ਨਾ ਕਰੋ ਜਦੋਂ ਤੁਹਾਨੂੰ ਪੂਰੀ ਉਹਦੀ ਤਸੱਲੀ ਨਾ ਹੋ ਜਾਵੇ। ਇੱਕਦਮ ਦੂਏ ਦੇ ਵਿਸ਼ਵਾਸ ਕਰਨਾ ਤੇ ਇਹ ਹੁਣ ਜਿਹੜਾ ਸਮਾਂ ਜਾ ਰਿਹਾ ਬਹੁਤ ਔਖੀ ਗੱਲ ਹੈ, ਇੱਕਦਮ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ ਨਾ। ਅਸੀਂ ਤਸੱਲੀਆਂ ਕਰਕੇ ਰਿਸ਼ਤੇ ਕਰਾਉਂਦੇ ਸੀ, ਫੇਰ ਵੀ ਮਾਂ ਪਿਓ ਨੂੰ ਕਹਿੰਦੇ ਸੀਗੇ ਭਾਈ ਆਪ ਵੀ ਕਰੋ ਹੁਣ ਸਾਡੇ ਤੇ ਨਾ ਗੱਲ ਸਿੱਟੋ, ਪਰ ਫੇਰ ਵੀ ਲੋਕੀ ਸਾਡੀ ਗੱਲ ਤੇ ਖੜੇ ਹੋ ਜਾਂਦੇ ਸੀ, ਸਹੀ ਰਹਿੰਦੇ ਸੀਗੇ। ਅੱਜ ਕੱਲ ਤਾਂ ਸਿੱਧੀਆਂ ਮਾਂ ਪਿਓ ਨੂੰ ਨੀ ਪੁੱਛਦੇ ਨਿਆਣੇ ਜੋ ਗੱਲਾਂ ਕਰੀ ਵਗੈਰੀ ਫਿਰਦੇ ਆ। ਠੀਕ ਹੈ ਗਿਆਨ ਸਿੰਘ ਜੀ, ਮੈਂ ਤੇ ਇਹੀ ਸਲਾਹ ਦਊ ਬੱਚੀਆਂ ਨੂੰ ਵੀ ਤੁਸੀਂ ਇੱਕਦਮ ਅਗਲੇ ਦੇ ਗੱਲ ਵਧਾਉਣ ਲਈ ਕਰਨ ਲਈ ਪਹਿਲੋਂ ਉਹਦੀ ਚੰਗੀ ਤਰ੍ਹਾਂ ਤਸੱਲੀ ਕਰ ਲਓ ਵੀ ਬੰਦਾ ਠੀਕ ਹੈ ਗੱਲ ਤੇ ਠੀਕ ਨਹੀਂ। ਚਲੋ ਬਹੁਤ ਵਧੀਆ, ਥੈਂਕ ਯੂ ਸੋ ਮਚ ਗਿਆਨ ਸਿੰਘ ਜੀ। ਹਾਂਜੀ ਮੈਂ ਤਾਂ ਹਰ ਇੱਕ ਨੂੰ ਕਹਿੰਦਾ ਕੋਈ ਰਿਸ਼ਤਾ ਜੋੜਨ ਲੱਗਾ ਮੈਨੂੰ ਦੱਸੋ, ਮੈਂ ਪੰਜਾਬ ਦੁਆਬੇ ਦੇ ਅੰਦਰ ਤਾਂ ਮੈਂ ਜੀ ਇਕੱਲੇ ਇਕੱਲੇ ਬੱਚੇ ਪ੍ਰੋਗਰਾਮ ਜਾਣਨਾ ਆ। ਠੀਕ ਹੈ ਠੀਕ ਹੈ, ਹੋਰ ਵੀ ਕੋਈ ਜਿਹੜੀ ਆਪਾਂ ਪਿਛਲੀ ਗੱਲ ਕੀਤੀ ਆ ਕੁੜੀ ਵੀ ਸਾਡੇ ਲਾਗੇ ਦੀ ਆ, ਮੈਂ ਉਹਨੂੰ ਕੁੜੀ ਦੇ ਪੇਕਿਆਂ ਨੂੰ ਵੀ ਜਾਣਨਾ ਆ, ਕੁੜੀ ਦੇ ਮੁੰਡੇ ਦੇ ਨਾਨਕਿਆਂ ਨੂੰ ਵੀ ਜਾਣਨਾ ਆ। ਬਹੁਤ ਵਧੀਆ ਗਿਆਨ ਸਿੰਘ ਜੀ, ਅੱਗੇ ਹੋਰ ਚੱਲਦੇ ਆ, ਛੋਟੀ ਜਿਹੀ ਲੈਂਦੇ ਆ ਬ੍ਰੇਕ, ਵਾਪਸ ਹਾਜ਼ਰ ਹੁੰਦੇ ਆ, ਤੁਸੀਂ ਅੱਜ ਦੇ ਵਾਸਤੇ ਜ਼ਰੂਰ ਕਾਲ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ, ਐਂਡ ਥੈਂਕ ਯੂ ਗਿਆਨ ਸਿੰਘ ਜੀ ਨੇ ਜਿਹੜਾ ਸਾਡਾ ਪਿਛਲਾ ਕੇਸ ਦੇ ਬਾਰੇ ਦੱਸਿਆ ਕਿ ਕੀ ਹੋਇਆ। ਬੜਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਐਟਲੀਸਟ ਇਸ ਮੰਚ ਦੇ ਰਾਹੀਂ ਕੋਈ ਜਿਹੜਾ ਹੈਲਪ ਕਰ ਸਕਦਾ ਉਹ ਮਿਲ ਜਾਂਦਾ ਹੈ ਕੋਈ ਸੀਕਰ ਨੂੰ। ਯੂ ਨੋ ਬੜੀ ਵਾਰੀ ਹੋਇਆ ਅੱਜ ਕੋਈ ਯੂ ਨੋ ਰਿਜ਼ਲਟਸ ਇੱਥੇ ਸਾਹਮਣੇ ਆਏ ਹੈ ਜਾਂ ਨਹੀਂ ਆਏ, ਬਟ ਉਹੀ ਹੈ ਕਿ ਕਈ ਵਾਰੀ ਅਸੀਂ ਆਪਣੇ ਆਪ ਹੀ ਇਕੱਲੇ ਹੀ ਜੂਝਦੇ ਰਹਿੰਦੇ ਹਾਂ। ਗੱਲ ਸਿਰਫ ਇੰਨੀ ਹੈ ਕਿ ਕਿਸੇ ਨਾਲ ਸਲਾਹ ਲਿੱਤੀ ਜਾਏ, ਕਿਸੇ ਦੀ ਮਦਦ ਮੰਗ ਲਈ ਜਾਏ, ਕੋਈ ਸਲਾਹ ਮਸ਼ਵਰਾ ਕਰਕੇ ਕੁਛ ਹੱਲ ਹਮੇਸ਼ਾ ਨਿਕਲਦਾ। ਪਰ ਜਿਸ ਤਰ੍ਹਾਂ ਉਹ ਬੜੀ ਦੇਰ ਤੋਂ ਅਸੀਂ ਸਾਰੇ ਜਾਣਦੇ ਹਾਂ ਸੇਮ ਪ੍ਰੋਬਲਮ 'ਚ ਬੈਠੇ ਸੀ, ਦੈਟਸ ਨੋਟ ਅ ਗੁੱਡ ਥਿੰਗ। ਪ੍ਰੋਬਲਮ ਦਾ ਹੱਲ ਲੱਭਣਾ ਚਾਹੀਦਾ, ਮਤਲਬ ਚੇਂਜ ਤਾਂ ਕਰੋ ਕੁਛ, ਇੱਕ ਚੀਜ਼ ਕਰੋਗੇ ਨਹੀਂ ਠੀਕ ਬੈਠੀ ਦੂਜੀ ਕਰੋ, ਪਰ ਕਰੋ ਸਹੀ ਕੁਛ ਰਾਦਰ ਦੈਨ ਸਫਰਿੰਗ ਐਂਡ ਉਸੀ ਵਿੱਚ। ਜਾਂ ਫਿਰ ਤੁਹਾਨੂੰ ਐਡਜਸਟਮੈਂਟ ਹੋ ਜਾਏ ਕਿ ਹਾਂ ਮੈਨੂੰ ਹੁਣ ਉਹ ਗੱਲ ਉਹ ਜਿਹੜੀ ਪ੍ਰੋਬਲਮ ਹੈ ਪ੍ਰੋਬਲਮ ਹੀ ਨਹੀਂ ਲੱਗ ਰਹੀ, ਫਿਰ ਠੀਕ ਹੈ। ਪਰ ਅਗਰ ਪ੍ਰੋਬਲਮ ਲੱਗ ਰਹੀ ਹੈ ਦੈਨ ਡੂ ਸਮਥਿੰਗ ਅਬਾਊਟ ਇਟ, ਕਿਉਂਕਿ ਅਦਰਵਾਈਜ਼ ਸਿਹਤ 'ਤੇ ਮਾੜਾ ਅਸਰ ਹੁੰਦਾ ਹੈ। ਚਲੋ ਅੱਜ ਦੀ ਗੱਲ, ਲੈਟਸ ਸੀ ਹੋਰ ਕੀ ਕਹਿ ਰਹੇ ਹਾਂ, ਕੁਇਕਲੀ ਸਾਰਿਆਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ? ਮੇਰਾ ਨਾਮ ਹਰਪ੍ਰੀਤ ਕੌਰ ਹੈ, ਮੈਂ ਕੈਲੀਫੋਰਨੀਆ ਤੋਂ ਬੋਲ ਰਹੀ ਹਾਂ। ਸਵਾਗਤ ਹੈ ਹਰਪ੍ਰੀਤ, ਦੱਸੋ ਕੀ ਕਹਿੰਦੇ ਹੋ, ਕੀ ਕਿਸ ਤਰ੍ਹਾਂ ਦਾ ਬਿਹੇਵੀਅਰ ਹੈ ਔਰ ਕੀ ਤੁਹਾਡੇ ਸਲਾਹ ਇਸ ਵੇਲੇ? ਜਿੱਦਾਂ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਉਹ ਲੜਕਾ ਨਾ ਚੀਟ ਕਰਦਾ ਹੈ ਨਾ ਉਹਨਾਂ ਨਾਲ ਜੀ, ਤੇ ਉਹਨਾਂ ਨੂੰ ਉਹਦੀ ਵਾਈਫ ਨੂੰ ਜ਼ਰੂਰ ਕਨਫਰਮ ਕਰ ਦੇਣਾ ਚਾਹੀਦਾ ਆ, ਕਿਉਂਕਿ ਬਹੁਤ ਹੁੰਦੇ ਆ ਇੱਦਾਂ ਹਨਾ ਲੜਕੇ ਜਿਹੜੇ ਇਸ ਤਰ੍ਹਾਂ ਆਪਣੇ ਆਪ ਨੂੰ ਸਿੰਗਲ ਸ਼ੋਅ ਕਰਦੇ ਆ ਜਦਕਿ ਮੈਰਿਡ ਹੁੰਦੇ ਆ ਬੱਚਿਆਂ ਵਾਲੇ ਹੁੰਦੇ ਆ, ਤੇ ਉਹਨਾਂ ਨੂੰ ਇੱਦਾਂ ਹੀ ਕਰਨਾ ਚਾਹੀਦਾ। ਫਸਟ ਤਾਂ ਇਹ ਆ ਵੀ ਉਹਨਾਂ ਨੂੰ ਜ਼ਰੂਰ ਉਸਦੀ ਵਾਈਫ ਨਾਲ ਗੱਲ ਕਰਨੀ ਚਾਹੀਦੀ ਆ ਹਨਾ, ਦੱਸ ਦੇਣਾ ਚਾਹੀਦਾ। ਠੀਕ ਹੈ, ਤੁਹਾਡੀ ਸਲਾਹ ਹੈ ਕਿ ਦੱਸਣਾ ਚਾਹੀਦਾ। ਮੈਂ ਹੋਰ ਵੀ ਸਲਾਹ ਪੁੱਛ ਲਾਂ, ਕਿਉਂਕਿ ਮੇਰਾ ਧਿਆਨ ਇਹ ਵੀ ਜਾ ਰਿਹਾ ਕਿ ਇਜ਼ ਇਟ ਵਰਥ, ਕਿ ਹਾਂ ਕਾਫੀ ਵੱਡੀ ਸਜ਼ਾ ਹੋਏਗੀ, ਇਹ ਹੋ ਸਕਦਾ ਖਤਮ ਹੋ ਜਾਏ ਉਹਨਾਂ ਦਾ ਰਿਸ਼ਤਾ, ਚੰਗਾ ਭਲਾ ਚੱਲ ਰਿਹਾ ਹੋਏ। ਬਟ ਪਤਾ ਕਿੱਦਾਂ ਆ, ਨਹੀਂ ਖਤਮ ਨਹੀਂ, ਇਟਸ ਅ ਰੋਂਗ ਥਿੰਗ ਟੂ ਡੂ। ਜਿੱਦਾਂ ਮੈਨੂੰ ਨਾ ਥੋੜੀ ਦੇਰ ਹੋਈ ਇੱਥੇ ਅਮਰੀਕਾ ਆਏ, ਤੇ ਮੇਰੇ ਹਸਬੈਂਡ ਦਾ ਜਿੱਦਾਂ ਡਿਵੋਰਸ ਹੋਇਆ ਸੀ, ਤੇ ਮੇਰੇ ਹਸਬੈਂਡ, ਮੈਂ ਇੱਥੇ ਇਕੱਲੀ ਸੀ, ਤੇ ਮੇਰੇ ਹਸਬੈਂਡ ਨਾ ਕਿਸੇ ਲੜਕੀ ਨਾਲ ਗੱਲ ਕਰਦੇ ਹੁੰਦੇ ਸੀ, ਲੇਡੀ ਨਾਲ, ਤੇ ਉਹ ਲੇਡੀ ਮਤਲਬ ਕੌਣ ਸੀ, ਉਹਨਾਂ ਦੀ ਐਕਸ ਵਾਈਫ ਸੀ। ਉਹ ਫੋਨ ਆਉਂਦਾ ਸੀ ਲੈ ਕੇ ਸਾਈਡ ਤੇ ਹੋ ਜਾਂਦੇ ਸੀ, ਜਿੱਦਾਂ ਉਹਨਾਂ ਦੇ ਪੇਰੈਂਟਸ ਨੂੰ ਪਤਾ ਸੀ ਪਰ ਉਹ ਮੇਰੇ ਸਾਹਮਣੇ ਸ਼ੋਅ ਨਹੀਂ ਸੀ ਕਰਦੇ, ਕਿਉਂਕਿ ਉਹਨਾਂ ਦਾ ਕੋਈ ਬੱਚਾ ਨਹੀਂ ਸੀ, ਉਹਨਾਂ ਦਾ ਡਿਵੋਰਸ ਹੋ ਗਿਆ ਸੀਗਾ ਜੋ ਵੀ ਸੀ ਜਿੱਦਾਂ ਉਹਨਾਂ ਦੀ ਫਸਟ ਵਾਈਫ। ਤੇ ਉਸ ਤੋਂ ਬਾਅਦ ਜਿੱਦਾਂ ਮੈਂ 2 ਵੀਕ ਤਾਂ ਇੱਦਾਂ ਹੀ ਆਪਣੇ ਆਪ 'ਚ ਹੁੰਦੀ ਰਹੀ ਵੀ ਇਹ ਕੀ ਆ। ਉਹ ਫੋਨ ਇੱਕ ਦਿਨ ਜਿਸ ਤਰ੍ਹਾਂ ਆਇਆ, ਮੇਰੇ ਹਸਬੈਂਡ ਟਰੱਕ ਦਾ ਕੰਮ ਕਰਦੇ ਆ, ਉਹ ਚਲੇ ਗਏ ਫੋਨ ਘਰ ਉਹਨਾਂ ਤੋਂ ਭੁੱਲ ਗਏ, ਤੇ ਮੈਂ ਨਾ ਉਹ ਫੋਨ ਅਟੈਂਡ ਕੀਤਾ ਤੇ ਉਹ ਅੱਗੋਂ ਕੋਈ ਨਾ ਬੋਲਿਆ, 2 ਵਾਰ ਉਹ ਫੋਨ ਕੱਟ ਹੋ ਗਿਆ। 2 ਵੀਕ ਹੋ ਗਏ ਸੀ ਇੱਦਾਂ ਹੀ ਚੱਲਦੇ ਨੂੰ, ਤੇ ਉਸ ਤੋਂ ਬਾਅਦ ਮੈਂ ਆਪਣੇ ਜਿੱਦਾਂ ਮਦਰ ਇਨ ਲਾਅ ਨੂੰ ਫੋਨ ਆਨ ਕਰਕੇ ਉਹਨਾਂ ਦੇ ਕੰਨ ਨੂੰ ਲਾਇਆ, ਤੇ ਮੈਂ ਉਹਨਾਂ ਨੂੰ ਕਿਹਾ ਹੈਲੋ, ਉਹਨਾਂ ਨੇ ਹੈਲੋ ਕਿਹਾ, ਉਹ ਵੀ ਉੱਦਾਂ ਹੀ ਫੋਨ ਕੱਟ ਹੋ ਗਿਆ, ਕਿਉਂਕਿ ਮੇਰੇ ਫਾਦਰ ਇਨ ਲਾਅ ਆਰਮੀ ਤੋਂ ਰਿਟਾਇਰ ਨੇ ਇੰਡੀਆ ਤੋਂ, ਤੇ ਉਹਨਾਂ ਨੂੰ ਜਦੋਂ ਮੈਂ ਦੱਸਿਆ ਵੀ ਇੱਦਾਂ ਫੋਨ ਆਉਂਦਾ, ਮੇਰੀ ਮਦਰ ਇਨ ਲਾਅ ਨੇ ਥੋੜਾ ਲਕੋ ਰੱਖਿਆ ਉਹਨਾਂ ਤੋਂ, ਮੇਰੇ ਫਾਦਰ ਇਨ ਲਾਅ ਤੋਂ ਵੀ ਦੱਸਣਾ ਨਹੀਂ ਗਾ, ਤੇ ਪਰ ਮੈਂ ਦੱਸਿਆ ਵੀ ਸਾਰਿਆਂ ਸਾਹਮਣੇ, ਕਿਉਂਕਿ ਮੈਂ ਇੱਕ ਤਰ੍ਹਾਂ ਦਾ ਰੌਲਾ ਪਾ ਲਿਆ ਸਾਰਿਆਂ ਸਾਹਮਣੇ ਹਨਾ, ਮੈਂ ਕਿਹਾ ਵੀ ਮੈਂ ਇਸ ਤਰ੍ਹਾਂ ਰਹਿਣਾ ਨੀ ਗਾ, ਮੈਨੂੰ ਇੱਥੋਂ ਤੱਕ ਪਤਾ ਮੇਰਾ ਹਸਬੈਂਡ ਕਿਸੇ ਲੜਕੀ ਨਾਲ ਉਹਦਾ ਰਿਲੇਸ਼ਨ ਹੈ ਤੇ ਉਹ ਗੱਲ ਕਰਦਾ। ਫਿਰ ਮੇਰੇ ਜਿੱਦਾਂ ਜਿਹੜਾ ਸਾਰੇ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਹਾਂ ਸਾਨੂੰ ਪਤਾ ਉਹ ਆਪਣੀ ਐਕਸ ਵਾਈਫ ਨਾਲ ਗੱਲ ਕਰਦਾ, ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਰਿਜ ਕਿਉਂ ਕੀਤੀ ਉਹਦੀ, ਫਿਰ ਹਨਾ ਜੇ ਉਹਦਾ ਰਿਲੇਸ਼ਨ ਹੋਇਆ ਫਾਈਨਲੀ ਕੀ ਹੋਇਆ ਉਹਦਾ, ਫਿਰ ਕੀ ਹੋਇਆ?
ਉਸ ਦੇ ਵਿੱਚ ਉਹਨਾਂ ਨੂੰ ਬਸ ਫਿਰ ਉਹਨਾਂ ਨੂੰ ਬੰਦ ਕਰਨਾ ਪਿਆ ਸਾਰਾ। ਹੁਣ ਮੈਂ ਕਿਹਾ ਸੀ ਮੇਰੇ ਹਸਬੈਂਡ ਕਹਿੰਦੇ ਨਹੀਂ ਮੇਰਾ ਡਿਵੋਰਸ ਤਾਂ ਧੱਕੇ ਨਾਲ ਹੋ ਗਿਆ, ਉਸਦੀ ਮੇਰੀ ਮਦਰ ਨਾਲ ਨਹੀਂ ਸੀ ਬਣਦੀ, ਜੇ ਉਹ ਮਤਲਬ ਘਰ 'ਚ ਇੱਦਾਂ ਹੀ 2-3 ਦਿਨ ਲੜਾਈ ਚੱਲੀ ਤੇ ਮੈਂ ਕਿਹਾ ਠੀਕ ਹੈ ਮੈਂ ਸੈਪਰੇਟ ਹੋਣਾ ਆ, ਮੈਂ ਡਿਵੋਰਸ ਕਰਨਾ ਆ ਤੇ ਹਨਾ, ਤੇ ਮੈਂ ਕਿਹਾ ਤੁਸੀਂ ਉਹਦੇ ਨਾਲ ਰਹੋ ਖੁਸ਼, ਮੈਨੂੰ ਬਿਲਕੁਲ ਵੀ ਮੈਂ ਉਹਨੂੰ ਦੇਖਿਆ ਨਹੀਂ, ਮੈਂ ਜਾਣਦੀ ਨਹੀਂ, ਮੈਨੂੰ ਕੋਈ ਤੇਰੇ ਨਾਲ ਸ਼ਿਕਾਇਤ ਨਹੀਂ, ਠੀਕ ਹੈ ਗੁੱਸਾ ਬੰਦੇ ਨੂੰ ਹੁੰਦਾ ਆ ਵੀ ਤੂੰ ਆਪਣੀ ਫੈਮਿਲੀ ਦਾ ਕੀਤਾ ਮੈਨੂੰ ਭੁਗਤਣਾ ਪਿਆ, ਤੇਰੀ ਫੈਮਿਲੀ ਦਾ ਕੀਤਾ, ਮੈਂ ਡਿਵੋਰਸ ਕਰਨਾ। ਬਿਲਕੁਲ, ਜੋ ਅੱਜ ਦੇ ਨਾਲ ਜੋੜ ਕੇ ਦੱਸੋ, ਨਹੀਂ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੀ, ਮੈਂ ਨੰਬਰ ਨੋਟ ਕਰ ਲਿਆ ਤੁਹਾਡਾ, ਬਟ ਤੁਸੀਂ ਅੱਜ ਦੇ ਨਾਲ ਕਿਵੇਂ ਜੋੜ ਕੇ ਆਪਣੀ ਗੱਲ ਦੱਸ ਰਹੇ ਹੋ? ਮੇਰੇ ਹਿਸਾਬ ਨਾਲ ਉਹਨਾਂ ਨੂੰ ਉਸ ਲੜਕੀ ਨੂੰ ਦੱਸਣਾ ਚਾਹੀਦਾ ਹੈ, ਠੀਕ ਹੈ 100% ਹੈ ਵੀ ਉਸ ਨੂੰ ਦੱਸ ਦੇਣਾ ਚਾਹੀਦਾ, ਜਿੰਨੀ ਦੇਰ ਉਸਦੀ ਵਾਈਫ ਨੂੰ ਪਤਾ ਨਹੀਂ ਲੱਗਦਾ ਉਨੀ ਦੇਰ ਇਸਦਾ ਕੋਈ ਵੀ ਹੱਲ ਨਹੀਂ ਹੋ ਸਕਦਾ, ਨਾਲੇ ਜਦਕਿ ਉਹਨੂੰ ਫਿਰ ਸ਼ਰਮਿੰਦਾ ਹੋਣਾ ਪਊ ਆਪਣੀ ਵਾਈਫ ਸਾਹਮਣੇ, ਜੇ ਉਸਦਾ ਰਿਲੇਸ਼ਨ ਹੋਊਗਾ ਹਨਾ, ਜਾਂ ਉਹ ਚਾਹੁੰਦਾ ਹੋਊ ਮੈਂ ਆਪਣੀ ਵਾਈਫ ਨਾਲ ਰਹਿਣਾ, ਉਹਨੂੰ ਪਤਾ ਲੱਗੂ ਮੇਰਾ ਘਰ ਖਰਾਬ ਹੋਊਗਾ, ਉਹ ਤਾਂ ਉਹਨਾਂ ਨੂੰ ਦੱਸਣਾ ਹੀ ਚਾਹੀਦਾ ਆ ਉਹਨਾਂ ਕੁੜੀਆਂ ਨੂੰ। ਠੀਕ ਹੈ ਹਰਪ੍ਰੀਤ, ਬਹੁਤ ਵਧੀਆ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਆ, ਥੈਂਕ ਯੂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਹਾਂਜੀ, ਕੌਣ ਬੋਲਦੇ ਹੋ? ਮੈਂ ਕਸ਼ਮੀਰ ਬੋਲਦੀ ਹਾਂ। ਹਾਂਜੀ ਕਸ਼ਮੀਰ ਜੀ, ਦੱਸੋ ਕੀ ਕਹਿੰਦੇ ਹੋ? ਦੇਖੋ ਕਿੰਨੀ ਮਾੜੀ ਗੱਲ ਆ ਹਨਾ, ਤੁਸੀਂ ਕਿਸੇ ਜੌਬ ਵਿੱਚ ਵੀ ਨਵੇਂ ਥਾਂ ਜਾਂਦੇ, ਤੁਹਾਨੂੰ ਬੰਦੇ ਕਿੱਦਾਂ ਪਰਖਦੇ ਆ। ਹਾਂ, ਤੇ ਇਹ ਕੁੜੀਆਂ ਵਿਚਾਰੀਆਂ ਇਨੋਸੈਂਟ ਹੈਗੀਆਂ, ਪਰ ਹੁਣ ਇਹਨਾਂ ਨੂੰ ਇਹ ਚਾਹੀਦਾ ਪਤਾ ਲੱਗ ਗਿਆ, ਉਹਨੂੰ ਕਿਸੇ ਚਾਹ ਲਈ ਇਕੱਠੀਆਂ ਹੋ ਕੇ ਬਿਠਾ ਲੈਣ, ਉਹਨੂੰ ਚੰਗੀ ਤਰ੍ਹਾਂ ਵਾਰਨਿੰਗ ਦੇਣ। ਠੀਕ ਹੈ, ਤੇ ਜੇ ਤੂੰ ਆਪਣੇ ਕੰਮਾਂ ਤੋਂ ਬਾਜ ਆਜਾ, ਨਹੀਂ ਤਾਂ ਤੇਰੀ ਵਾਈਫ ਨੂੰ ਅਸੀਂ ਦੱਸ ਦੇਣਾ, ਕਿਉਂਕਿ ਉਹਨੂੰ ਜੇ ਵਾਰਨਿੰਗ ਨਾ ਦਿੱਤੀ ਤਾਂ ਹੋਰ ਵੀ ਕੁੜੀਆਂ ਨਾਲ ਉਹ ਇੰਜ ਕਰੇਗਾ। ਸੋ ਕਨਫਰੰਟ ਕਰਕੇ ਉਹਨੂੰ ਕਹਿਣ ਕੇ ਸਾਨੂੰ ਸਮਝ ਆ ਗਈ ਹੈ ਕਿ ਤੂੰ ਕੀ ਕਹਿ, ਅਸੀਂ ਸਾਰੇ ਇਕੱਠੇ ਆ, ਐਂਡ ਯੂ ਨੋ ਸਾਡੇ ਕੋਲ ਇਹ ਪ੍ਰੂਫ ਹੈ, ਉਹਨੇ ਮੈਸੇਜਸ ਦਿੱਤੇ ਆ ਸਾਰੇ, ਨਹੀਂ ਤਾਂ ਅਸੀਂ ਤੇਰੀ ਵੋਟੀ ਨੂੰ ਦੱਸ ਰਹੇ ਹਾਂ। ਹਾਂ ਬਿਲਕੁਲ, ਉਹਨੂੰ ਇਹ ਧਮਕੀ ਦੇਣੀ ਚਾਹੀਦੀ ਆ। ਠੀਕ ਹੈ ਕਸ਼ਮੀਰ ਜੀ, ਬਰਬਾਦ ਹੋ ਗਿਆ ਤਾਂ ਹੋਰ ਲੋਕਾਂ ਨੂੰ ਵੀ ਖਰਾਬ ਕਰੂਗਾ। ਠੀਕ ਹੈ ਜੀ, ਬਿਲਕੁਲ ਜ਼ਰੂਰ ਡਿਸਕਸ਼ਨ ਵੇਲੇ ਹੋਰ ਕੁਝ ਧਿਆਨ ਆਇਆ ਤੇ ਗੱਲ ਕਰਿਓ, ਮੈਂ ਹੋਰ ਕਾਲਸ ਲੈ ਕੇ ਜਿਹੜਾ ਰਾਏ ਲੈ ਲਾਂ ਕਿ ਸਾਰਾ ਕਿਸ ਪਾਸੇ ਜਾ ਰਹੀ ਹੈ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ, ਜਦੋਂ ਫੋਨ ਮਿਲਦਾ ਪਲੀਜ਼ ਧਿਆਨ ਦਿਆ ਕਰੋ ਆਪਣੇ ਫੋਨ ਵੱਲ, ਦੁਬਾਰਾ ਕਾਲ ਕਰ ਸਕਦੇ ਹੋ, ਮੈਂ ਦੂਜੇ ਕਾਲ ਲੈ ਲੈਣੀ ਹੈ। ਹੈਲੋ, ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਜਸਪ੍ਰੀਤ, ਦੱਸੋ ਕੀ ਕਹਿੰਦੇ ਹੋ? ਥੈਂਕ ਯੂ ਜੀ। ਪਹਿਲਾਂ ਤਾਂ ਮੇਰੇ ਮਨ ਸਵਾਲ ਉੱਠਦਾ ਭਾਈ ਕਿਉਂ ਇਦਾਂ ਕਰ ਰਿਹਾ ਹੈਗਾ, ਹਾਂ ਕੀ ਉਹਦਾ ਵਜੇ ਕਿਉਂ ਹੈਗੀ ਹੈ, ਕਿ ਮਤਲਬ ਸਾਨੂੰ ਅਸੀਂ ਕਹਿ ਨਹੀਂ ਸਕਦੇ ਭਾਈ, ਸਾਨੂੰ ਪਤਾ ਨਹੀਂ ਇਸ ਗੱਲ ਦਾ, ਪਰ ਝੂਠ ਹੈਗਾ, ਧੋਖਾ ਹੈਗਾ, ਠੀਕ ਨਹੀਂ ਹੈਗਾ ਜੀ, ਤੇ ਉਹ ਕੁੜੀਆਂ ਨਾਲ ਇਦਾਂ ਕਰ ਰਿਹਾ, ਪਰ ਕੁੜੀਆਂ ਨੂੰ ਮਤਲਬ ਸਾਰਿਆਂ ਨੂੰ ਇਹ ਸ਼ੋ ਕਰ ਰਿਹਾ ਕਿ ਮੈਂ ਵਿਆਹ ਨਹੀਂ ਹੋਇਆ। ਵਾਓ, ਮੈਂ ਤਾਂ ਕਵਾਂਗੀ ਇਹਨੂੰ ਇਹ ਪੁੱਛਦੀ ਆ, ਮੈਂ ਪਹਿਲਾਂ ਤਾਂ ਮੈਂ ਸੋਚਿਆ ਚਲੋ ਇਗਨੋਰ ਜੇ ਕਰ ਸਕਦੇ ਆ, ਪਰ ਜੇ ਕਨਫਰੰਟ ਕਰਨਾ ਚਾਹੁੰਦੇ ਆ ਇਹ ਕੁੜੀ ਉਹਦੇ ਨਾਲ ਜਾਂ ਕਿਸੇ ਸਹੇਲੀ ਨੂੰ ਨਾਲ ਲੈ ਕੇ, ਮਤਲਬ ਕੀ ਚਾਹੁੰਦੇ ਆ ਬਈ, ਉਹ ਜੇ ਤਾਂ ਰੁਕ ਜਾਏਗਾ ਚਲੋ ਦੱਸੇਗਾ ਨਹੀਂ ਬਈ ਕਿਉਂ ਕਰ ਰਿਹਾ, ਉਹ ਆਪਣੇ ਫਨ ਸਮਝਦਾ, ਟਾਈਮ ਪਾਸ ਸਮਝਦਾ, ਉਹ ਧੋਖਾ ਦੇ ਰਿਹਾ ਤੇ ਉਹ ਕਰੀ ਜਾ ਰਿਹਾ, ਤੇ ਆਈ ਡੋਂਟ ਨੋ ਜੇ ਬਦਲਾਵ ਆਏਗਾ। ਮੈਂ ਜਸਟ ਕਹਾਂਗੀ ਬਈ ਇਹ ਸਬਕ ਸਿੱਖਣਾ ਚਾਹੀਦਾ ਇਸ ਤੋਂ ਬਈ, ਅੱਜ ਕੱਲ ਕਿਉਂਕਿ ਇੰਟਰਨੈਟ ਹੈਗਾ, ਸੋਸ਼ਲ ਮੀਡੀਆ ਹੈਗਾ, ਬੰਦੇ ਆਪਣੇ ਆਪ ਨੂੰ ਪੇਸ ਆਉਂਦੇ ਆ, ਓਦਾਂ ਹੈ ਨੀ ਰਾਈਟ, ਤੇ ਜੇ ਕੇਅਰਫੁਲ ਜੀ ਜੀ ਗੱਲ ਅੱਗੇ ਨਹੀਂ ਗਈ ਵਧੀ ਨੀ। ਠੀਕ ਹੈ, ਬਹੁਤ ਵਧੀਆ ਜਸਪ੍ਰੀਤ। ਸੋ ਸਾਰਿਆਂ ਨੂੰ ਤੁਸੀਂ ਇਹ ਵੀ ਯਾਦ ਕਰਾ ਰਹੇ ਹੋ ਕਿ ਬੀ ਕੇਅਰਫੁਲ, ਅੱਗੇ ਪਿਛਲੀ ਸੁਣੋ ਤੇ ਅੱਗੇ ਕਰੋ, ਕਿਉਂਕਿ ਬਾਅਦ ਵਿੱਚ ਇੱਕ ਹੋਰ ਜਿਹੜੀ ਇਮੋਸ਼ਨ ਹੁੰਦੀ ਹੈ ਨਾ, ਗੁੱਸਾ ਇਹਨਾਂ ਨੂੰ ਇਕੱਲਾ ਉਹਦੇ 'ਤੇ ਨਹੀਂ ਆ ਰਿਹਾ ਹੋਣਾ ਕਿ ਕਿਸ ਤਰ੍ਹਾਂ ਮੈਂ ਬੁੱਧੂ ਬਣਦੀ ਰਹੀ, ਬੇਵਕੂਫ ਬਣਦੀ ਰਹੀ, ਯੂ ਨੋ ਗੱਲਾਂ 'ਚ ਆ ਗਈ, ਉਸ ਚੀਜ਼ ਤੋਂ ਹੋਰ ਵੀ ਜ਼ਿਆਦਾ ਜਿਹੜਾ ਗੁੱਸਾ ਹੈ ਯੂ ਨੋ ਮਲਟੀਪਲਾਈ ਹੁੰਦਾ ਹੈ। ਹੈਲੋ, ਹੈਲੋ, ਹਾਂਜੀ ਕੌਣ ਬੋਲਦੇ ਹੋ ਜੀ? ਮੁੰਡਾ ਪਰ ਕੁੜੀਆਂ ਨੂੰ ਕੀ ਕਹੋਗੇ? ਕੁੜੀਆਂ ਜਿਹੜੀਆਂ ਦੱਸਦਾ ਤੁਹਾਨੂੰ ਅੱਗੇ ਮੈਂ, ਹਾਂਜੀ, ਤੇ ਇਸ ਮੁੰਡੇ ਦੀ ਜਿਹੜਾ ਤੁਸੀਂ ਬੋਲ ਰਹੇ ਕਿਉਂ ਕਰਦਾ, ਇਹਦਾ ਇੱਕ ਕਾਰਨ ਇੱਕੋ ਹੀ ਹੈ ਵੀ ਇਹ ਮਤਲਬ ਕਿ ਇਹਨੂੰ ਜਿੱਦਾਂ ਆਦਤ ਪਈ ਹੈ ਕੁੜੀਆਂ ਯੂਜ਼ ਕਰਨ ਦੀ, ਸਮਝ ਕੇ ਨਾ,
ਤੇ ਜਿੱਦਾਂ ਸਾਡੇ ਪੰਜਾਬੀ ਦੇ ਘਰ ਦੇ ਵਿੱਚ ਹੈ ਜਾਂ ਖੇ ਖਾਣ ਦੀ, ਉਹ ਮੈਨੂੰ ਉਹੀ ਲੱਗ ਰਿਹਾ, ਹੋਰ ਤਾਂ ਕੋਈ ਰੀਜ਼ਨ ਹੈ ਨਹੀਂ ਇਹਦਾ। ਹੈ ਤੇ ਲੜਕੀਆਂ ਨੂੰ ਚਾਹੀਦਾ ਹੈ ਵੀ ਇਹਨੂੰ ਜਿਹੜੀਆਂ ਲੜਕੀਆਂ ਨਾਲ ਹੋਇਆ ਉਹਨਾਂ ਨੂੰ ਇਸ ਮੁੰਡੇ ਨੂੰ ਬਿਠਾ ਕੇ ਨਾ ਤੇ ਇਹਨੂੰ ਦੱਸੋ ਭਾਈ ਜੀ ਤੂੰ ਸਾਡੇ ਨਾਲ ਝੂਠ ਵੀ ਬੋਲਿਆ ਵੀ ਮੈਂ ਮੈਰਿਡ ਹਾਂ, ਔਰ ਯੂ ਆਰ ਟੈਲਿੰਗ ਅਸ ਲਾਈ, ਉਹ ਇੱਕ ਝੂਠ ਨਹੀਂ ਬੋਲਦਾ ਹੋਣਾ, ਹੋਰ ਵੀ ਬਹੁਤ ਝੂਠ ਬੋਲਦਾ ਹੋਣਾ, ਕਿਉਂਕਿ ਇਸ ਤਰ੍ਹਾਂ ਦਾ ਆਦਮੀ ਕਦੇ ਵੀ ਜਿਹੜੀ ਲੜਕੀ ਇਹਦੀ ਵਾਈਫ ਨੂੰ ਜਾਣਦੀ ਹੈ ਉਸ ਲੜਕੀ ਨੂੰ ਚਾਹੀਦਾ ਉਹਦੀ ਵਾਈਫ ਨੂੰ ਨਾ ਪਿਆਰ ਨਾਲ ਸਮਝਾਵੇ, ਇਹਨੂੰ ਪਿਆਰ ਨਾਲ ਹੀ ਆਪਣੇ ਹਸਬੈਂਡ ਨੂੰ ਸਮਝਾ ਵੀ ਇਸ ਤਰ੍ਹਾਂ ਮਤਲਬ ਕਿ ਲੜਕੀਆਂ ਨਾਲ ਰਿਲੇਸ਼ਨ ਰਹਿਣਾ ਚਾਹੁੰਦਾ ਤੇ ਇਹਨੂੰ ਅੱਜ ਕੰਮ ਤੋਂ ਸਟਾਪ ਕਰ, ਕਿਉਂਕਿ ਉਸ ਤਰ੍ਹਾਂ ਨੇ ਸਟਾਪ ਨਹੀਂ ਹੋਣਾ ਵਾਈਫ ਤੋਂ ਬਿਨਾਂ। ਠੀਕ ਹੈ ਬਲਕਾਰ ਸਿੰਘ ਜੀ, ਬਹੁਤ ਵਧੀਆ, ਹੋਰ ਵੀ ਕੁਝ ਧਿਆਨ ਆਇਆ ਜ਼ਰੂਰ ਕਾਲ ਕਰਿਓ। ਮੈਂ ਲੈਣੀ ਹੈ ਇੱਕ ਛੋਟੀ ਜਿਹੀ ਬ੍ਰੇਕ, ਤੁਸੀਂ ਸਾਰੇ ਕਿਤੇ ਨਾ ਜਾਇਓ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਪਲੀਜ਼ ਫੋਨ ਦਾ ਧਿਆਨ ਦਿਆ ਕਰੋ, ਟਾਈਮ ਨਹੀਂ ਹੁੰਦਾ ਇੰਜ ਵੇਸਟ ਕਰਨ ਦਾ ਕਾਲ। ਹੈਲੋ, ਹਾਂਜੀ ਬੇਟਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂਟੀ ਜੀ, ਜਲਦੀ ਦੱਸੋ ਤੁਹਾਡੀ ਕੀ ਸਲਾਹ ਹੈ, ਕੁੜੀ ਨੂੰ ਦੱਸਣਾ ਚਾਹੀਦਾ, ਵਾਈਫ ਨੂੰ ਦੱਸਣਾ ਚਾਹੀਦਾ, ਖੁਦ ਕਨਫਰੰਟ ਕਰਨਾ ਚਾਹੀਦਾ? ਮੈਂ ਗੱਲ ਹੀ 2 ਮਿੰਟ ਕਰਾਂਗੀ, ਦੱਸੋ 1 ਮਿੰਟ ਹੀ। ਮੇਰਾ ਮਤਲਬ ਹੈ ਜਦੋਂ ਕੁੜੀਆਂ ਨੂੰ ਪਤਾ ਸੀ ਇਹਦਾ ਵਿਆਹ ਹੋਇਆ, ਇਹ ਮੈਰਿਜ ਵਾਲਾ ਇਹਦੀ ਵਾਈਫ ਹੈਗੀ ਹੈ, ਤੇ ਰੋਜ਼ ਉਹਨਾਂ ਨੂੰ ਕਿਉਂ ਬਾਦਰ ਕਰਦਾ, ਕਿਉਂ ਚੀਟ ਕਰਦਾ, ਉਸ ਵੇਲੇ ਉਹਨੂੰ ਕਹਿ ਕੇ ਦੱਸਣ ਅਸੀਂ ਤੇਰੀ ਮੈਰਿਜ ਹੋਈ, ਸਾਨੂੰ ਪਤਾ, ਅਸੀਂ ਤੇਰੀ ਵਾਈਫ ਨੂੰ ਦੱਸਾਂਗੇ, ਫਿਰ ਤੈਨੂੰ ਆਪੇ ਜੁੱਤੇ ਪੈਣਗੇ, ਮੁੜ ਕੇ ਸਾਨੂੰ ਬਾਦਰ ਨਾ ਕਰੇਗਾ। ਇੱਕ ਦੂਜੀ ਗੱਲ, ਗਿਆਨ ਸਿੰਘ ਭਾਜੀ, ਮੈਂ ਕਹਾਂਗੀ ਫੋਨ ਸਾਰੇ ਮੰਗਾਂ, ਜਿਹੜਾ ਕੋਈ ਦੁੱਖ ਸੁੱਖ ਦੀ ਗੱਲ ਕਰੇ ਸੁਣੋ, ਤੇ ਫੈਸਲਿਆਂ ਵਿੱਚ ਨਾ ਆ ਜੇ, ਮੈਂ ਬੜੇ ਕਰਾਏ ਨੇ, ਬੜੇ ਪੁੱਠੇ ਪੈਂਦੇ ਨੇ ਪਿੱਛੋਂ, ਮੈਂ ਫੈਸਲੇ ਮੈਨੂੰ ਬੜੇ ਗੇਲਾਂਟੀ ਬੜੇ ਕਰਾਏ, ਕੋਈ ਸਿੱਧਾ ਪੈ ਜਾਂਦਾ ਸਮਝ ਜਾਂਦਾ ਹੈ, ਤੇ ਕੋਈ ਕਹਿੰਦਾ ਤੁਸੀਂ ਤੇ ਇਹਨਾਂ ਦੀ ਮੇਰ ਕੀਤੀ, ਉਹ ਪੁੱਠਾ ਪੈ ਜਾਂਦਾ। ਕਦੀ ਕਦੀ ਗਿਆਨ ਸਿੰਘ ਭਾਜੀ ਨਾਲ ਮੇਰੀ ਗੱਲ ਹੁੰਦੀ ਹੁੰਦੀ ਹੈ, ਪਰ ਮੈਂ ਕਵਾਂਗੀ ਮੈਂ ਭਾਈ ਤੁਸੀਂ ਸਭ ਤੋਂ ਬਹੁਤ ਵੱਡੇ ਹੋ, ਸਮਝਦਾਰ ਹੋ, ਪਰ ਇਹ ਜਿਹੇ ਫੈਸਲਿਆਂ 'ਚ ਘੱਟ ਪਿਆ ਜਾ। ਅਰਵਿੰਦ ਜਿੰਦਾਬਾਦ। ਥੈਂਕ ਯੂ ਜੀ, ਥੈਂਕ ਯੂ, ਲੈਟਸ ਸੀ ਹੋਰ ਕੀ ਕਹਿ ਰਹੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ ਕਰਮ ਜੀ ਦੱਸੋ। ਇੱਦਾਂ ਕਰ ਰਿਹਾ ਲੜਕੀ, ਮਤਲਬ ਆਪਣੀ ਵਾਈਫ ਨਾਲ ਚੀਟ ਕਰ ਰਿਹਾ, ਤਾਂ ਇਹ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਪਣੀ ਵਾਈਫ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਨਾ। ਅੱਛਾ, ਹਾਂਜੀ, ਕਿਉਂਕਿ ਆਏ ਆ ਵੀ ਦੇਖੋ ਜੀ, ਆਪਾਂ ਕਹੀਏ ਵੀ ਘਰ ਆ, ਘਰ ਤਾਂ ਆਲਰੇਡੀ ਜਿੱਦਾਂ ਕਹਿ ਲਓ ਟੁੱਟਿਆ ਵੀ, ਕਿਉਂਕਿ ਉਹ ਆਪਣੀ ਵਾਈਫ ਨੂੰ ਧੋਖਾ ਦੇ ਰਿਹਾ ਹੁਣ, ਹੈ ਨਾ, ਪਾਸੇ ਪਾਸੇ ਜਾ ਕੇ, ਤੇ ਉਹ ਫਿਰ ਜਾਂ ਫਿਰ ਮਤਲਬ ਦੋ ਚੀਜ਼ਾਂ ਹੋ ਸਕਦੀਆਂ, ਜਾਂ ਉਹ ਲੜਕੇ ਨਾਲ ਹੀ ਖੁਦ ਗੱਲ ਕਰ ਲੈਣ ਵੀ ਤੂੰ ਇੱਦਾਂ ਕਿਉਂ ਕਰ ਰਿਹਾ, ਹੈ ਨਾ, ਹੋ ਸਕਦਾ ਉਹ ਕੋਈ ਨਵੀਆਂ ਸਟੋਰੀਆਂ ਬਣਾ ਬਣਾ ਕੇ ਦੱਸੇ, ਹੈ ਨਾ, ਤੇ ਚੁੱਪ ਕਰਕੇ ਆਪਣਾ ਕਿਨਾਰਾ ਕਰ ਲਵੇ ਉਹਦੇ ਤੋਂ ਨਾ, ਪਰ ਜ਼ਰੂਰ ਕੁਛ ਨਾ ਕੁਛ ਮਤਲਬ, ਕਿਉਂਕਿ ਕੱਲ੍ਹ ਨੂੰ ਉਹ ਹੋਰ ਕਿਸੇ ਨਾਲ ਵੀ ਇੱਦਾਂ ਕਰੂਗਾ, ਤੇ ਆਪਣੀ ਵਾਈਫ ਨੂੰ ਵੀ ਇਹ ਧੋਖੇ 'ਚ ਰੱਖ ਕੇ ਉਹਦੀ ਜ਼ਿੰਦਗੀ ਵੀ ਖਰਾਬ ਕਰਦਾ ਪਿਆ ਨਾ। ਠੀਕ ਹੈ ਕਰਮਜੀਤ, ਬਹੁਤ ਵਧੀਆ, ਲੈਟਸ ਸੀ ਹੋਰ ਸਾਰੇ ਕੀ ਕਹਿਣ। ਹਾਂਜੀ ਕੀ ਕਹਿ ਰਹੇ ਹੋ? ਹਾਂਜੀ ਜ਼ਰੂਰ, ਮੈਨੂੰ ਲੱਗਦਾ ਵੀ ਕਿਵੇਂ ਨਾ ਕਿਵੇਂ ਉਹਦੀ ਵਾਈਫ ਤੱਕ ਕਿਵੇਂ ਨਾ ਕਿਵੇਂ ਗੱਲ ਪਹੁੰਚਾਉਣੀ ਚਾਹੀਦੀ ਹੈ, ਵੀ ਮਤਲਬ ਉਹਦਾ ਤੇ ਧਿਆਨ ਰੱਖੇ ਆਪਣੇ ਹਸਬੈਂਡ ਤੇ ਨਾ। ਠੀਕ ਹੈ, ਓਕੇ ਕਰਮਜੀਤ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ, ਤੁਸੀਂ ਸਾਰੇ ਜ਼ਰੂਰ ਕਾਲ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ। ਐਂਡ ਆਈ ਨੋ ਥੋੜ੍ਹਾ ਜਿਹਾ ਇੰਜ ਵੀ ਲੱਗਦਾ ਕਿ ਜਿਹੜੀ ਕੁੜੀ ਨੇ ਸਾਨੂੰ ਕਾਲ ਕੀਤੀ, ਗੱਲ ਕੀਤੀ, ਕਹਿੰਦੀ ਸੀ ਉਹਦਾ ਬਸ ਚੱਲਦਾ, ਅਤੇ ਉਹ ਕਹਿੰਦੀ ਹੈ ਕਿ ਮੈਂ ਤਾਂ ਸਿੱਧਾ ਜਾ ਕੇ ਨਾ, ਮੈਨੂੰ ਇੰਨਾ ਗੁੱਸਾ ਸੀ, ਅਸੀਂ ਤਿੰਨੋਂ ਕੁੜੀਆਂ ਜ਼ਿਆਦਾ ਹੀ ਕਰ ਰਹੀ ਸੀ, ਪਰ ਮੈਂ ਘਰ ਗੱਲ ਕੀਤੀ ਜਦੋਂ, ਘਰ ਵਾਲਿਆਂ ਦੀ ਮੈਂ ਸਰਪ੍ਰਾਈਜ਼ ਸੀ ਕਿ ਮੇਰੇ ਘਰ ਦੇ ਵਿੱਚ 5 ਹੋਰ ਮੈਂਬਰਸ ਹੈ, ਗ੍ਰੈਂਡਫਾਦਰ ਵੀ ਹੈ, ਮਦਰ ਫਾਦਰ ਅਤੇ ਬ੍ਰਦਰ ਹੈ, ਕਹਿੰਦੇ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਵਿਊਜ਼ ਸੀ, ਜਦਕਿ ਮੈਂ ਬੜੀ ਸਰਪ੍ਰਾਈਜ਼ ਸੀ, ਫਿਰ ਮੈਂ ਹੋ ਗਿਆ ਕਿ ਨਹੀਂ ਸਭ ਦੇ ਵੱਖਰੇ ਹਨ, ਤਾਂ ਸ਼ਾਇਦ ਯੂ ਨੋ ਲੈ ਲੈਣਾ ਚਾਹੀਦੀ ਹੈ ਰਾਏ, ਨਹੀਂ ਤਾਂ ਅਸੀਂ ਤਾਂ ਕੁੜੀਆਂ ਮਿਲ ਕੇ ਵਾਈਫ ਨੂੰ ਹੀ ਦੱਸਣ ਲੱਗੇ ਸੀ। ਸੋ ਹੁਣ ਵੀ ਦੇਖ ਕੇ ਇਹੀ ਲੱਗਦਾ ਕਿ ਯੂ ਨੋ ਡਿਫਰੈਂਸ ਆਫ ਓਪੀਨੀਅਨ ਹੈਗੀ ਹੈ, ਸਾਰਿਆਂ ਨੂੰ ਲੱਗਦਾ ਕਿ ਗਲਤ ਹੈ, ਯੂ ਨੋ ਫਰੋਡ ਹੈ, ਫਰੇਬ ਹੈ, ਪਰ ਫਿਰ ਵੀ ਜਨਰੇਸ਼ਨਲੀ ਮੈਨੂੰ ਇੰਝ ਲੱਗ ਰਿਹਾ ਕਿ ਬੰਦੇ ਸਾਰੇ ਥੋੜ੍ਹੇ ਜਿਹੇ ਹੈਗੇ ਹੈ ਕਿ ਨਹੀਂ ਨਹੀਂ ਥੋੜ੍ਹਾ ਇਹੋ ਜਿਹੀ ਗਲਤੀਆਂ ਕਰਦੇ ਹੀ ਹੈ ਲੋਕ, ਬਟ ਜਨਾਨੀਆਂ ਦੇ ਰੀਅਲੀ ਫੀਲ ਬੈਡ ਅਬਾਊਟ ਇਟ, ਦੇ ਰੀਅਲੀ ਫੀਲ ਹਰਟ ਕਿ ਨਹੀਂ ਵਾਈਫ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ, ਦਿਸ ਇਜ਼ ਰੋਂਗ। ਸੋ ਆਈ ਥਿੰਕ ਉਹ ਵੀ ਥੋੜ੍ਹਾ ਜਿਹਾ ਡਿਫਰੈਂਸ ਮੈਂ ਓਬਜ਼ਰਵ ਕਰ ਰਹੀ ਹਾਂ।
ਸਟਾਫ ਦੇ ਵਿੱਚੋਂ ਵੀ ਕੁਐਸਚਨ ਪੁੱਛ ਰਹੇ ਸੀ ਤਾਂ ਫਸਟ ਇੰਸਟਿੰਕਟ ਇਹੀ ਸੀਗਾ ਸਪੈਸ਼ਲੀ ਮੇਲ ਮੈਂਬਰਸ ਦਾ ਕਿ ਨਹੀਂ ਵਾਈਫ ਤੱਕ ਜਾ ਕੇ ਤਾਂ ਫਿਰ ਯੂ ਨੋ ਵੱਡੀ ਹੋ ਗਈ ਪਨਿਸ਼ਮੈਂਟ ਬਟ ਉਹਨੂੰ ਸਮਝਾ ਲੈਣਾ ਚਾਹੀਦਾ ਹੈ ਜਾਂ ਫਿਰ ਯੂ ਨੋ ਪਾਸੇ ਹੋ ਜਾਓ ਕਹੋ ਅਗਰ ਤੂੰ ਨਹੀਂ ਸਮਝਦਾ ਕਿ ਤੂੰ ਹੋਰ ਕਿਸੇ ਕੁੜੀ ਨਾਲ ਮੈਂ ਕਦੀ ਨਾ ਦੇਖਾਂ ਨਹੀਂ ਤਾਂ ਮੈਂ ਤੈਨੂੰ ਯੂ ਨੋ ਜਿਹੜੇ ਮੇਰੇ ਕੋਲ ਟੈਕਸਟ ਹੈ ਮੈਂ ਤੇਰੀ ਵਾਈਫ ਨੂੰ ਦੇ ਦਾਂਗੀ ਸੋ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਅਮਰਜੀਤ ਸਿੰਘ ਬੋਲ ਰਿਹਾ ਜੀ ਹਾਂਜੀ ਮੇਰੀ ਐਡਵਾਈਸ ਹੈ ਕਿ ਬੈਕਗ੍ਰਾਉਂਡ ਚੈੱਕ $1 ਲੱਗਦਾ ਹੈ ਹਾਂਜੀ ਤੇ ਉੱਥੇ ਜਾ ਕੇ ਦਾ ਨਾਮ ਪਾਵੇ ਤੇ ਕਿਹੜੇ ਸ਼ਹਿਰ 'ਚ ਰਹਿੰਦਾ ਹੈ ਤੇ ਸਾਰੀ ਇਹਦੀ ਬੈਕਗ੍ਰਾਉਂਡ ਚੈੱਕ ਹੋ ਜਾਏ ਮਿੰਟ 'ਚ ਅੱਛਾ ਜੀ ਇਟ ਓਨਲੀ ਟੇਕ $1 ਕੋਈ ਵੀ ਲੜਕੀ ਜਿਹੜੀ ਹੈ ਉਹਨੇ ਕਿਸੇ ਨਾਲ ਡੇਟ ਕਰਨੀ ਹੈ ਪਹਿਲੇ ਦਿਨ ਤੋਂ ਹੀ ਦੇਖ ਕੇ ਕਿਹੜੇ ਸ਼ਹਿਰ ਰਹਿੰਦਾ ਤੇ ਉਹਦਾ ਨਾਂ ਕੀ ਹੈ ਤੇ ਉਹ ਪਾ ਕੇ ਤੇ there are so many sites ਜਿਸ ਤੇ ਹੈਗੀ ਹੈ ਚੈੱਕ ਪੀਪਲ ਮੇਰੀ ਉਮਰ 80 ਸਾਲ ਦੀ ਹੁਣ ਤੇ ਆਈ ਵਿਲ ਸੇ ਮੈਨ ਆਰ ਡੌਗਸ ਹੁਣ ਤੁਸੀਂ ਪ੍ਰੈਜ਼ੀਡੈਂਟ ਦੇਖ ਲਓ ਆਪਣਾ ਟਰੰਪ ਸਾਹਿਬ ਸੋ ਮਤਲਬ ਮੌਕਾ ਮਿਲੇ ਤੇ ਸਾਰੇ ਲੜਕੀਆਂ ਨੂੰ ਜਿਹਦੇ ਨਾਲ ਡੇਟ ਕਰਨੀ ਹੈ ਜਿਹਦੇ ਨਾਲ ਬਾਹਰ ਜਾਣਾ ਉਸ ਤੋਂ ਪਹਿਲੇ $1 ਖਰਚਣ ਇੱਕ ਹਫਤੇ ਦੀ ਮੈਂਬਰਸ਼ਿਪ ਮਿਲ ਜਾਂਦੀ ਉਸ ਤੋਂ ਬਾਅਦ ਕੈਂਸਲ ਕਰਾ ਦੇਣ ਉਹਦਾ ਨਾਂ ਪਾਉਣ ਤੇ ਉਹਦੇ ਕਿਹੜੇ ਸ਼ਹਿਰ ਰਹਿੰਦਾ ਠੀਕ ਹੈ ਸਾਰੀ ਉਹਦੀ ਕੀ ਵਿਆਹ ਹੋਇਆ ਉਹਦੇ ਕ੍ਰਿਮੀਨਲ ਕੀ ਰਿਕਾਰਡ ਨੇ ਸਭ ਕੁਝ ਮਿੰਟ 'ਚ ਪਤਾ ਚੱਲ ਜਾਂਦਾ ਠੀਕ ਬਹੁਤ ਵਧੀਆ ਥੈਂਕ ਯੂ ਅਮਰਜੀਤ ਜੀ ਹਾਂਜੀ ਇਟਸ ਵੈਰੀ ਈਜ਼ੀ ਓਕੇ ਇਟਸ ਅ ਗ੍ਰੇਟ ਟਿਪ ਟੂ ਬੀ ਸੇਫ ਬਟ ਆਈ ਨੋ ਟੂ ਅੰਡਰਸਟੈਂਡ ਐਂਡ ਫਿਰ ਇਹ ਨੋਰਮਲਸੀ ਦੇ ਵਿੱਚ ਜਿਵੇਂ ਗਿਆਨ ਸਿੰਘ ਜੀ ਦੇ ਮੂੰਹ ਇਹ ਨਿਕਲਿਆ ਕਿ ਕੋਈ ਵੱਡੀ ਗੱਲ ਨਹੀਂ ਹੈ ਇਕੱਲਾ ਨਹੀਂ ਹੈ ਬੜੇ ਬੰਦੇ ਇੰਝ ਕਰਦੇ ਹੈ ਫਰੋਡ ਹੈ ਪਤਾ ਹੈ ਬਟ ਕਰਦੇ ਬੜੇ ਹੈ ਸੋ ਜ਼ਿਆਦਾ ਕਰਦੇ ਇਸ ਪਿੱਛੇ ਨੋਰਮਲ ਲੱਗਣ ਲੱਗ ਗਿਆ ਕਿ ਉਹਨੂੰ ਮੁੰਡੇ ਦੇ ਬੰਦੇ ਤਾਂ ਇਹ ਕਰਦੇ ਹੀ ਹੁੰਦੇ ਆ ਜਿਨ੍ਹਾਂ ਨੂੰ ਜਿਹੜੇ ਬਿਲਕੁਲ ਕੁੜੀਆਂ ਨੂੰ ਸੇਫ ਫਰੈਂਡ ਨੂੰ ਕਹਿ ਰਹੇ ਆ ਉਹ ਵੀ ਇਹੀ ਕਹਿ ਰਹੇ ਆ ਵੀ ਬੰਦੇ ਜਿਹੜੇ ਆ ਨਾ ਉਹ ਖਰਾਬ ਨੇ ਉਹ ਇੰਝ ਕਰਦੇ ਹੀ ਹੁੰਦੇ ਆ ਸੋ ਆਈ ਥਿੰਕ ਅਸੀਂ ਉਸ ਕਲਚਰ ਤੋਂ ਥੋੜ੍ਹਾ ਜਿਹਾ ਹਟਣਾ ਜ਼ਰੂਰ ਹੈ ਕਿਉਂਕਿ ਪ੍ਰੋਗਰੈਸਿਵ ਹੁਣ ਇੱਕੋ ਜਿਹੀ ਚੀਜ਼ਾਂ ਆ ਗਈਆਂ ਜਨਾਨੀਆਂ ਕੁੜੀਆਂ ਆਪਣੇ ਹੱਕ ਜਿਸ ਸਪੀਡ ਨਾਲ ਮੰਗ ਰਹੀਆਂ ਸ਼ਾਇਦ ਉਹ ਇਹ ਨੋਰਮਲ ਹੋਣਾ ਕਿਉਂਕਿ ਸਾਰੇ ਕਰ ਰਹੇ ਹੈ ਨੋਰਮਲ ਹੈ ਆਈ ਥਿੰਕ ਉਸ ਉਹਦੇ 'ਚੋਂ ਸਾਨੂੰ ਨਿਕਲਣਾ ਪਏਗਾ ਉਹੀ ਚੀਜ਼ ਆਈ ਥਿੰਕ ਅਗਰ ਜਨਾਨੀ ਕਰ ਰਹੀ ਹੋਏ ਕਿਸੇ ਨੇ ਕਿਹਾ ਤਾਂ ਸੀਗਾ ਕਿ ਹਾਂ ਆਦਮੀ ਵੀ ਕਰਦੇ ਹਾਂ ਜਨਾਨੀ ਵੀ ਕਰਦੇ ਹਾਂ ਬਟ ਅਗਰ ਜਨਾਨੀ ਕਰ ਰਹੀ ਹੋਏ ਕਿ ਆਪਣੀ ਵਰਕ ਪਲੇਸ ਦੇ ਉੱਤੇ ਜਾਂ ਜਿੱਥੇ ਉਹ ਸੋਸ਼ਲਾਈਜ਼ ਕਰ ਰਹੀ ਹੈ ਉੱਥੇ ਦੱਸੇ ਕਿ ਮੈਂ ਵਿਆਹੀ ਨਹੀਂ ਹੋਈ ਔਰ ਉਂਝ ਵਿਆਹੀ ਹੋਏ ਔਰ ਸਭ ਕੁਝ ਠੀਕ ਚੱਲ ਰਿਹਾ ਦੈਟ ਵਿਲ ਬੀ ਸਭ ਨੂੰ ਇੰਨਾ ਜ਼ਿਆਦਾ ਸਰਪ੍ਰਾਈਜ਼ ਹੋਏਗਾ ਸਾਰੇ ਉਸ ਬਾਰੇ ਕਾਫੀ ਜਜਮੈਂਟਲ ਹੋਣਗੇ ਕਿ ਹਾਂ ਯੂ ਨੋ ਵਟ ਇਜ਼ ਦਿਸ ਕਿਉਂ ਕਰ ਰਹੀ ਹੈ ਇੰਝ ਬਟ ਐਨੀਵੇ ਦੈਟ ਇਜ਼ ਅਗੇਨ ਯੂ ਨੋ ਪਰ ਮੈਨੂੰ ਲੱਗਦਾ ਕਿਉਂਕਿ ਅਸੀਂ ਗੱਲਬਾਤ ਦੇ ਥੋੜ੍ਹੇ ਜਿਹੇ ਓਵਰਆਲ ਅਸੀਂ ਨਰਮ ਐਟੀਟਿਊਡ ਵਰਤਣ ਨੂੰ ਕਹਿੰਦੇ ਹਾਂ ਪਹਿਲੀ ਇੱਕ ਦੋ ਜਿਹੜੀਆਂ ਗਲਤੀਆਂ ਨਾ ਜ਼ਰੂਰ ਮਾਫ਼ ਕਰ ਦੇਣੀਆਂ ਚਾਹੀਦੀਆਂ ਸ਼ਾਇਦ ਯੂ ਨੋ ਬੰਦਾ ਸੁਧਰ ਜਾਏ ਆਪਣੇ ਆਪਣੀ ਲੈਵਲ ਆਫ ਸ਼ਰਮ ਵੀ ਹੈਗੀ ਹੈ ਸੋ ਉਹਨੂੰ ਸ਼ਰਮਿੰਦਾ ਕਰਨਾ ਤਾਂ ਬਹੁਤ ਜ਼ਰੂਰੀ ਹੈ ਸਾਰੇ ਜ਼ਰੂਰ ਜਾ ਕੇ ਕਨਫਰੰਟ ਕਰਨ ਔਰ ਕਹਿਣ ਕਿ ਤੇਰੀ ਇਹ ਸਾਨੂੰ ਪਤਾ ਲੱਗੀ ਹੈ ਐਂਡ ਯੂ ਨੋ ਇਹ ਸਾਡੇ ਕੋਲ ਟੈਕਸ ਹੈਗੇ ਹੈ ਤੇਰੇ ਉਹ ਹੈ ਅਤੇ ਅਗਰ ਤੂੰ ਨਹੀਂ ਸੁਧਰਿਆ ਤਾਂ ਅਸੀਂ ਤੇਰੀ ਵਾਈਫ ਨੂੰ ਜਾ ਰਹੇ ਸੋ ਆਈ ਥਿੰਕ ਮੋਸਟ ਪ੍ਰੋਬਬਲੀ ਇਹਦੇ ਨਾਲ ਹੀ ਕੰਮ ਹੋ ਜਾਏਗਾ ਅੰਬੈਰਸ ਕਰਨਾ ਉਹਨੂੰ ਸ਼ਰਮਿੰਦਾ ਕਰਨਾ ਜ਼ਰੂਰੀ ਹੈ ਪਰ ਆਈ ਡੋਂਟ ਥਿੰਕ ਸੋ ਸਟ੍ਰੇਟ ਅਵੇ ਵਾਈਫ ਨੂੰ ਜਾ ਕੇ ਬਈ ਉਂਝੀ ਪਲੇਫੁੱਲ ਤਰੀਕੇ ਨਾਲ ਉਹ ਲੱਗਾ ਹੋਇਆ ਐਂਡ ਜ਼ਿੰਦਗੀ ਖਰਾਬ ਉਸ ਕੁੜੀ ਦੀ ਵੀ ਹੋਏ ਅਤੇ ਇਹਦੀ ਵੀ ਹੋਏ ਹਾਲੇ ਮੈਨੂੰ ਲੱਗਦਾ ਕਿ ਫਸਟ ਸਟੈਪ ਐਟਲੀਸਟ ਉਹਨੂੰ ਸਿੱਧਾ ਕਰਨ ਵਾਸਤੇ ਕਿ ਯੂ ਨੋ ਯੂ ਕਹਿੰਦੇ ਨਾ ਨਮਸਕਾਰ ਭਾਈ ਸਾਹਿਬ ਜਾਂ ਵੀਰ ਜੀ ਤੁਸੀਂ ਅੱਗੇ ਤੋਂ ਇਹੋ ਜਿਹੀ ਚੀਜ਼ ਨਹੀਂ ਨੋਟ ਨੈਸਰੀ ਕਿ ਤੁਸੀਂ ਉਹਨੂੰ ਨਾਮ ਦੇਣਾ ਭਾਈ ਸਾਹਿਬ ਵੀਰ ਜੀ ਕਹਿਣ ਦੀ ਵੀ ਲੋੜ ਨਹੀਂ ਹੈ ਯੂ ਜਸਟ ਅਵੋਇਡ ਦੈਟ ਪਰਸਨ ਬਟ ਐਟਲੀਸਟ ਲੈਟ ਹਿਮ ਨੋ ਦੈਟ ਯੂ ਨੋ ਇਹ ਬਹੁਤ ਜ਼ਰੂਰੀ ਹੈ ਔਰ ਅਗਰ ਤੂੰ ਕਿਸੇ ਵੀ ਹੋਰ ਇੰਡੀਅਨ ਕੁੜੀ ਯੂ ਨੋ ਜਿਵੇਂ ਲੱਗਦਾ ਕਿ ਇੰਡੀਅਨ ਕੁੜੀਆਂ ਨਾਲ ਹੀ ਉਹ ਜ਼ਿਆਦਾ ਫਰੈਂਡਲੀ ਹੁੰਦਾ ਸੋ ਅਗਰ ਕੋਈ ਇੰਝ ਦੀ ਗੱਲ ਕੀਤੀ ਤਾਂ ਤੂੰ ਦਿਸ ਇਜ਼ ਵਾਟ ਵੀ ਆਰ ਗੋਇੰਗ ਟੂ ਡੂ ਐਨੀਵੇਜ਼ ਦੈਟ ਇਜ਼ ਕਿ
ਫਸਟ ਸਟੈਪ ਹੈ ਹੋਣਾ ਚਾਹੀਦਾ ਬਟ ਨੈਕਸਟ ਤੁਸੀਂ ਦੇਖ ਸਕਦੇ ਹੋ ਬਟ ਆਈ ਨੋ ਦਿਸ ਐਟੀਟਿਊਡ ਇਜ਼ ਅਨੋਇੰਗ ਗੁੱਸਾ ਜਿਹੜਾ ਉਹਨਾਂ ਦਾ ਹੈ ਨਾ ਬਿਲਕੁਲ ਜੈਨੂਇਨ ਹੈ ਕਿ ਕੁੜੀਆਂ ਨੂੰ ਕਿੰਨਾ ਗੁੱਸਾ ਚੜੇਗੀ ਬਟ ਵਟ ਡਸ ਹੀ ਥਿੰਕ ਆਫ ਹਿਮਸੈਲਫ ਯੂ ਨੋ ਕੀ ਸਮਝਦਾ ਕਿ ਆਪਣੇ ਆਪ ਨੂੰ ਬੇਵਕੂਫ ਸਮਝਦਾ ਸਾਨੂੰ ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਡੈਫੀਨੇਟਲੀ ਆਉਂਦੀਆਂ ਪਰ ਆਈ ਥਿੰਕ ਦੈਟਸ ਅ ਗੁੱਡ ਥਿੰਗ ਕਿ ਤੁਸੀਂ ਉਹ ਕਰੋ ਬਾਕੀ ਅੱਜ ਵਾਸਤੇ ਇੰਨਾ ਹੀ ਥੈਂਕ ਯੂ ਸੋ ਮਚ ਤੁਸੀਂ ਜੁਆਇਨ ਕੀਤਾ ਐਂਡ ਯੂ ਨੋ ਜੋ ਵੀ ਹੋਏਗਾ ਆਈ ਡੋ ਆਈ ਐਮ ਆਲਵੇਜ਼ ਰਿਕੁਐਸਟਿੰਗ ਕਿ ਜਦੋਂ ਅਸੀਂ ਕੇਸ ਕਰ ਲੈਂਦੇ ਹਾਂ ਕੁਛ ਦੇਰ ਬਾਅਦ ਇੱਕ ਈਮੇਲ ਇੱਕ ਫੋਨ ਕਾਲ ਜ਼ਰੂਰ ਦੱਸਿਆ ਕਰੋ ਕਿ ਅਸੀਂ ਉਸ ਬਾਰੇ ਕੀ ਸੋਚਿਆ ਜਿਹਦੀ ਰਾਏ ਮਿਲ ਰਹੀ ਸੀ ਉਸ ਤੋਂ ਸਾਨੂੰ ਕੀ ਧਿਆਨ ਆਇਆ ਹੋਰ ਵੀ ਉੱਥੋਂ ਦੀ ਜਦੋਂ ਜਿਹੜੇ ਵੀ ਪਾਸੇ ਤੁਸੀਂ ਮੁੜੇ ਹੋ ਸਾਨੂੰ ਜ਼ਰੂਰ ਇਤਲਾਹ ਕਰਿਆ ਕਰੋ ਅੱਜ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ